ਇੱਕ ਵਾਰੀ ਮੈਂ ਕਿਸੇ ਨੂੰ ਪੁੱਛਿਆ ਵੀ ਸੀ ਮੈਂ ਹਾਂ ਯਾਰ ਤੁਸੀਂ ਪੋਸਟਰ ਛਪਾ ਕੇ ਕਿਉਂ ਲਾਏ ਆ ਹਾਂ ਟੌਰ ਦੀ ਹੁੰਦੀ ਆ ਬਸ ਇੱਕ ਉਹ ਹਾਂ ਉਹ ਕਹਿੰਦਾ ਵੀ ਟੌਰ ਹੋ ਜਾਂਦੀ ਹੈ ਨਾਲੇ ਸਾਰਿਆਂ ਨੂੰ ਨੰਬਰ ਪਤਾ ਲੱਗ ਜਾਂਦਾ ਬੈਂਕ ਲੀਡਰ ਨੂੰ ਫੋਨ ਕੀਤਾ ਯੂਥ ਲੀਡਰ ਨੇ ਮੈਂ ਬਾਈ ਕੀ ਕਰੀ ਜਾਂਦੇ ਹੋ ਕਹਿੰਦਾ ਯਾਰ ਕਿਸੇ ਦੀ ਲਵ ਮੈਰਿਜ ਕਰਾ ਕੇ ਹਟਿਆ ਤੁਸੀਂ ਕਰਵਾਏ ਕੋਈ ਮੈਰਿਜ ਨਹੀਂ ਮੈਰਿਜ ਚਲੋ ਕੋਈ ਆਜ ਨਾ ਬੰਦਾ ਕੋਈ ਬੰਦਾ ਬਣਿਆ ਵਿਚੋਲੇ ਵਿਚੋਲੇ ਬਣੂਗੇ ਬਾਅਦ ਚ ਸੈਟਿੰਗ ਬਹੁਤ ਹੋਈ ਗਈ ਅਸੀਂ ਨਾ ਯੂਨੀਵਰਸਿਟੀ ਬੁੱਧਵਾਰ ਦੀ ਉਡੀਕ ਕਰੀ ਜਾਂਦੇ ਰਹਿੰਦੇ ਉਹ ਕਿਉਂ ਕਿਉਂਕਿ ਬੁੱਧਵਾਰ ਨੂੰ ਯੂਨੀਵਰਸਿਟੀ ਚ ਪਨੀਰ ਬਣਦਾ ਪਨੀਰ ਬਣਦਾ ਸੀ ਹਾਂ ਉਹ ਸਪੈਸ਼ਲ ਡੇ ਹੁੰਦਾ ਸੀ ਜੀ ਹੁੰਦਾ ਵੀ ਬੁੱਧਵਾਰ ਕਿਹੜੇ ਕਿਹੜੇ ਹੋਸਟਲ ਸੀਗੇ ਮੈਂ 5 ਨੰਬਰ ਤੇ ਪਾਈ ਵੀ ਸੀ ਮੈਂ ਸੀ ਸੀਗਾ ਤੋਂ ਇੱਕ ਉਹ ਸਵੇਰ ਦੇ ਪਰੌਂਠੇ ਬਹੁਤ ਕੌਣ ਵੱਡੇ ਪਰੌਂਠੇ ਵਿੱਚ ਪੁਰਜੀ ਦੇ ਉੱਤੇ ਮੱਖਣ ਪਾ ਕੇ ਨਾ ਉਹ ਮਤਲਬ ਅੱਜ ਵੀ ਘਰੇ ਬਣਦੇ ਨਹੀਂ ਉਹ ਨਹੀਂ ਬਣਦੇ ਘਰੇ ਬਣਦੇ ਨਹੀਂ ਪੰਜਾਬੀ ਉਸਤਰੀ ਬਣਦੇ ਸਾਡੇ ਦਰਸ਼ਨ ਠੇਕੇ ਰੋਦੇ ਬਾਈ ਬਣ ਵੀ ਜਾਣਾ ਉਹ ਬੇਫਿਕਰੀ ਨਹੀਂ ਬੇਫਿਕਰੀ ਖਾਂਦੇ ਸਭ ਥੋੜੇ ਤੋਂ ਪੈਸੇ ਪਾ ਕੇ ਨਾ ਅਸੀਂ ਸਾਡੇ ਪਟਿਆਲੇ ਨਾ ਸ਼ਰਾਬ ਦੇ ਠੇਕੇ ਲੈ ਲਏ ਸੀ ਇੱਕ ਮਜ਼ਾਕ ਕਰਾਂ ਹਾਂਜੀ ਹਾਂਜੀ ਤੁਸੀਂ ਤਾਂ ਬਹੁਤ ਸਮਾਂ ਪਹਿਲੇ ਨਸ਼ਾ ਮੁਕਤ ਪੰਜਾਬ ਵੱਲ ਤੁਰ ਪਏ ਸੀ ਨਹੀਂ ਨਹੀਂ ਉਹ ਨਹੀਂ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵਿਦਿਆਰਥੀਆਂ ਦੀ ਓਨੀ ਥਾਂ ਓਨੀ ਸਪੇਸ ਨਹੀਂ ਹੈਗੀ ਜਿੰਨੀ ਦੂਜੇ ਸਟੇਟਾਂ ਦੇ ਵਿੱਚ ਆ ਜਿਨ੍ਹਾਂ 'ਚ ਵੋਟਾਂ ਪੈਂਦੀਆਂ ਪੰਜਾਬ 'ਚ ਵੋਟਾਂ ਨਹੀਂ ਪੈਂਦੀਆਂ ਇਹਦੇ ਬਾਵਜੂਦ ਵੀ ਜਿਹੜੇ ਲੀਡਰਾਂ ਨੇ ਵਿਦਿਆਰਥੀਆਂ ਤੋਂ ਨਿਕਲ ਕੇ ਮੇਨ ਸਿਆਸਤ ਆ ਜਿਹੜੀ ਮੁੱਖ ਸਿਆਸਤ ਆ ਵੱਡੀ ਸਿਆਸਤ ਆ ਪੰਜਾਬ ਦੀ ਉਹਦੇ 'ਚ ਨਾਮ ਨੇ ਉਹਨਾਂ 'ਚੋਂ ਇੱਕ ਨਾਮ ਨੇ ਰਾਜੂ ਖੰਨਾ ਅੱਜ ਮੇਰੇ ਨਾਲ ਬੈਠਿਆ ਬਹੁਤ ਬਹੁਤ ਸ਼ੁਕਰੀਆ ਬਾਈ ਬਹੁਤ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਵਧੀਆ ਸੀ ਵੀਰ ਸਾਹਿਬ ਵਧੀਆ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਦੱਸੋ ਅਸੀਂ ਨਾ ਸਾਨੂੰ ਗੂਗਲ 'ਤੇ ਲੋਕੇਸ਼ਨ ਭੇਜੀ ਅੱਜ ਹਾਂਜੀ ਹਾਂਜੀ ਅਸੀਂ ਆ ਲਾ ਕੇ ਜਿਹੜੀ ਸੜਕ 'ਤੇ ਆਏ ਹਾਂ ਹਾਂਜੀ ਮਤਲਬ ਇਹ ਤਾਂ ਵੈਰ ਕੱਢਣ ਆ ਸੜਕ 'ਤੇ ਕਿਸੇ ਨੂੰ ਸੱਦਣ ਦੇਖੋ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਤੁਸੀਂ ਆਪੇ ਪ੍ਰੈਕਟੀਕਲੀ ਸੜਕ ਦੇ ਉੱਪਰ ਦੀ ਆ ਰਹੇ ਹੋ ਮੈਨੂੰ ਤਾਂ ਇਹ ਲੱਗਦਾ ਵੀ ਤੁਸੀਂ ਲੋਕੇਸ਼ਨ ਹੀ ਇਸ ਹਿਸਾਬ ਦੀ ਭੇਜੀ ਵੀ ਮੈਂ ਆਵਾਂ ਇਸ ਸੜਕ 'ਤੇ ਮੇਰੇ ਬੱਖਲ ਇਕੱਠੇ ਹੋ ਜਾਣ ਅਤੇ ਮੈਂ ਹੁਣ ਸਰ ਤੁਹਾਨੂੰ ਕਹਾਂ ਕਿਉਂਕਿ ਇਹ ਜਾਣੀ ਤਾਂ ਦੂਜੇ ਐਮਐਲਏ ਦੇ ਨਹੀਂ ਨਹੀਂ ਤੁਸੀਂ ਅਮਲੋ ਹਲਕੇ 'ਚ ਕਿਸੇ ਮਰਜ਼ੀ ਰੋਡ 'ਤੇ ਆਓ ਹਾਂ ਸਾਰੀ ਸੜਕਾਂ ਦਾ ਹੀ ਹਾਲ ਆ ਕਿਸੇ ਵੀ ਤੁਸੀਂ ਪਟਿਆਲੇ ਤੋਂ ਆ ਜਾਓ ਹਾਂ ਫਤਿਹਗੜ੍ਹ ਸਾਹਿਬ ਤੋਂ ਆ ਜਾਓ ਲੁਧਿਆਣੇ ਤੋਂ ਆ ਜਾਓ ਸਾਰੀ ਸੜਕਾਂ ਦਾ ਸੇਮ ਪੋਜੀਸ਼ਨ ਹੈ ਪਰ ਕਿਉਂ ਮਤਲਬ ਤੁਹਾਡੇ ਤਾਂ ਇੱਥੋਂ ਦੇ ਮੰਤਰੀ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਆ ਹੈ ਤਾਂ ਉਹ ਹਲਕੇ ਦੇ ਮੰਤਰੀ ਆ ਦੇਖੋ ਮੰਤਰੀ ਜਾਂ ਕੋਈ ਐਮਐਲਏ ਕਿਸੇ ਪਾਰਟੀ ਬਣ ਜਾਂਦਾ ਇੱਕ ਪਾਰਟੀ ਦਾ ਰਹਿੰਦਾ ਬਿਲਕੁਲ ਉਹ ਸਰਬਸਾਂਝੇ ਤੌਰ 'ਤੇ ਵਿਕਾਸ ਦੀ ਗੱਲ ਕਰ ਲਈਏ ਡਿਵੈਲਪਮੈਂਟ ਦੀ ਗੱਲ ਕਰਾਉਂਦਾ ਪਰ ਸਾਡਾ ਹਲਕਾ ਮੈਂ ਸਮਝਦਾ ਕਿ ਹਲਕੀ ਤ੍ਰਾਸਦੀ ਆ ਕਿ ਮੰਡੀ ਗੋਬਿੰਦਗੜ੍ਹ ਇੱਥੇ 6ਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਪਾਤਸ਼ਾਹ ਜੀ 40 ਦਿਨ ਰਹੇ ਨੇ ਉਰੇ ਅੱਛਾ ਜੀ ਅਤੇ ਇਸ ਧਰਤੀ ਨੂੰ ਵਰ ਦਿੱਤਾ ਸੀ ਮੰਡੀ ਗੋਬਿੰਦਗੜ੍ਹ ਇੱਥੇ ਗੁਰੂ ਸਾਹਿਬ ਦੇ ਘੋੜੇ ਦੀ ਖੁਰੀ ਲਾਉਣੀ ਸੀ ਉਹਨਾਂ ਨੇ ਉਹਨਾਂ ਨੇ ਕੋਈ ਇੱਥੋਂ ਜਿਹੜੇ ਲੁਹਾਰ ਬੁਲਾਏ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕੰਮ ਬੜਾ ਪਸੰਦ ਆਇਆ ਅਤੇ ਗੁਰੂ ਸਾਹਿਬ ਨੇ ਵਰ ਦਿੱਤਾ ਵੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦਾ ਲੋਹਾ ਸੋਨੇ ਦੇ ਭਾਅ ਵਿਕੂਗਾ ਕਿ ਅੱਜ ਦੇਖੋ ਗੁਰੂ ਸਾਹਿਬ ਦੇ ਵਰ ਨਾਲ ਅੱਜ ਮੰਡੀ ਗੋਬਿੰਦਗੜ੍ਹ ਲੋਹਾ ਮੰਡੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਲੋਹੇ ਦੇ ਨਾਂ 'ਤੇ ਅਤੇ ਉਹਦੀ ਜਿਹੜੀ ਇੰਡਸਟਰੀ ਆ ਬਹੁਤ ਵੱਡੀ ਇੰਡਸਟਰੀ 'ਤੇ ਲੱਗੀ ਹੋਈ ਆ ਲੋਹੇ ਦੀ ਆ ਫਰਨਸਾਂ ਨੇ ਅੱਡ ਅੱਡ ਤਰ੍ਹਾਂ ਦੀ ਪਾਈਪ ਪਲਾਂਟ ਨੇ ਵੱਡੇ ਨੇ ਅਤੇ ਪਰ ਜਿੰਨਾ ਵੱਡਾ ਰੈਵਨਿਊ ਇੱਥੋਂ ਇਕੱਠਾ ਹੁੰਦਾ ਨਗਰ ਕੌਂਸਲ ਕੋਲ ਜੇ ਡਿਵੈਲਪਮੈਂਟ ਦੀ ਗੱਲ ਕਰ ਰਹੇ ਡਿਵੈਲਪਮੈਂਟ ਨਾਂ 'ਤੇ ਉਰੇ ਮਤਲਬ ਕੋਈ ਵਿਜ਼ਨ ਨਹੀਂ ਹੈ ਕੋਈ ਡਿਵੈਲਪਮੈਂਟ ਲੋਕਾਂ ਦਾ ਪੈਸਾ ਦੇਖੋ ਇਹ ਜਿੰਨੀ ਨਗਰ ਕੌਂਸਲ ਦਾ ਪੈਸਾ ਲੋਕਾਂ ਦਾ ਪੈਸਾ ਹੁੰਦਾ ਅਤੇ ਕੋਈ ਵਿਜ਼ਨ ਨਹੀਂ ਹੈ ਸਾਡੇ ਐਮਐਲਏ ਦਾ ਕੋਈ ਵਿਕਾਸ ਦੀ ਗੱਲ ਨਹੀਂ ਹੈ ਅਤੇ ਮਤਲਬ ਜਦ ਖੇਤ ਬਾੜ ਨੂੰ ਬਾੜ ਖੇਤ ਨੂੰ ਖਾਣ ਲੱਗ ਜਾਏ ਤਾਂ ਨਾ ਫਿਰ ਜੋ ਤੁਸੀਂ ਸੜਕਾਂ ਦੇਖ ਰਹੇ ਹੋ ਇਹ ਸਾਰਾ ਉਦੋਂ ਹੀ ਹੋਣਾ ਨਹੀਂ ਪਰ ਤੁਸੀਂ ਕਹਿਣਾ ਤਾਂ ਸੀਗਾ ਨਾ ਕਿ ਮਾੜਾ ਮੋਟਾ ਤਾਂ ਦੇਖੋ ਦੇਖੋ ਮੈਂ ਕਿ ਸਾਰਾ ਹਲਕਾ ਰੌਲਾ ਪਾ ਰਿਹਾ ਅੱਛਾ ਦੇਖੋ ਐਮਐਲਏ ਖੇਤੀਬਾੜੀ ਮੰਤਰੀ ਸਾਡਾ ਬਣ ਗਿਆ ਕਾਕਾ ਰਣਜੀਤ ਸਿੰਘ ਹਾਂ ਅਤੇ ਪਿੱਛੇ ਸਾਡੇ ਮਤਲਬ ਸਾਡੇ ਹਲਕੇ ਦੀ ਵਿੱਚ 6-7 ਹਜ਼ਾਰ ਏਕੜ ਆਲੂ ਦੀ ਫਸਲ ਹੁੰਦੀ ਆ ਉਰੇ ਅੱਛਾ ਉਰੇ ਮਲੋਹ ਦੇ ਵਿੱਚ ਹਾਂ ਕਾਫੀ ਹੈ ਫਿਰ ਤਾਂ ਪਿੱਛੇ ਜੇ ਗੜੇ ਪੈ ਗਏ ਬੇਮੌਸਮੀ ਮੀਂਹ ਪੈ ਗਿਆ ਹਾਂ ਅਤੇ 3500-4000 ਏਕੜ ਫਸਲ ਖਰਾਬ ਹੋ ਗਈ ਹਾਂ ਅਤੇ ਸਾਡੇ ਕਿਸਾਨ ਜਥੇਬੰਦੀਆਂ ਨੇ ਸਾਡੇ ਐਮਐਲਏ ਨੂੰ ਕਿਹਾ ਵੀ ਤੁਸੀਂ ਉਹਨਾਂ ਦਾ ਮੁਆਵਜ਼ੇ ਦੀ ਗੁਰਦੌਰੀ ਕਰਾਓ ਹਾਂ ਅਸੀਂ ਵੀ ਕੀਤਾ ਪਰ ਗੱਲ ਕੋਈ ਬਣੀ ਨਹੀਂ ਹੈ ਫਿਰ ਕਹਿੰਦੇ ਸੀ ਚੁੱਪ ਚੁੱਪ ਤਾਂ ਘਰਾਓ ਕੀਤਾ ਉੱਥੋਂ ਲੰਘ ਗਿਆ ਹੈ ਫਿਰ ਦਫ਼ਤਰ ਦੇ ਵਿੱਚ ਘਰਾਓ ਕੀਤਾ ਸੀ ਐਮਐਲਏ ਦਾ ਸਾਡੇ ਮਿਨਿਸਟਰ ਦਾ ਖੇਤੀਬਾੜੀ ਮੰਤਰੀ ਦਾ ਅਤੇ ਕੀਤਾ ਅਤੇ 11-12 ਘੰਟੇ ਜਾਮ ਲੱਗ ਗਿਆ ਅਤੇ ਸਾਹ ਸੁਖਬੀਰ ਸਿੰਘ ਬਾਦਲ ਨਾਲ ਗੱਲ ਹੋਈ ਉਹ ਵੀ ਕਹਿੰਦੇ ਮੈਂ ਇੱਥੇ ਆ ਰਿਹਾ ਅਤੇ ਉਹ ਡੀਸੀ ਫਤਿਹਗੜ੍ਹ ਸਾਹਿਬ ਨੇ ਚੰਨੀ ਨਾਲ ਸੀਐਮ ਨਾਲ ਗੱਲ ਕੀਤੀ ਵੀ ਉਹ ਸਟੇਟ ਲੈਵਲ 'ਤੇ ਧਰਨਾ ਸ਼ੁਰੂ ਹੋ ਗਿਆ ਕਿ ਲੋਕ ਦਰੀਆਂ ਲੈ ਕੇ ਕੰਬਲ ਲੈ ਕੇ ਰਜਾਈਆਂ ਲੈ ਕੇ ਰਾਤ ਨੂੰ ਬਹਿ ਗਏ ਅਤੇ ਰਾਤ ਨੂੰ 9 ਵਜੇ ਡੀਸੀ ਦਫ਼ਤਰ ਖੁੱਲ੍ਹਿਆ ਅਤੇ ਸਪੈਸ਼ਲ ਗੁਰਦੌਰੇ ਦੀ ਔਡਰ ਕੀਤੀ ਜਿਹੜੀ ਗੁਰਦੌਰੀ 3500 ਏਕੜ
ਫਸਲ ਦਾ ਖਰਾਬਾ ਕੱਢਿਆ ਉਹਨਾਂ ਨੇ 35 ਏਕੜ ਫਸਲ ਖਰਾਬ ਆ। ਮੈਂ ਗੱਲ ਤਾਂ ਦੱਸਣੀ ਚਾਹੁੰਦਾ ਵੀ ਮੰਤਰੀ ਸਾਡਾ MLA ਸਾਡਾ ਹਲਕੇ ਦਾ ਹੋਵੇ, ਮੰਤਰੀ ਦਾ ਆਪਣਾ ਹਲਕਾ ਹੋਵੇ ਅਤੇ ਉਹਦੀ ਮੁਆਵਜ਼ੇ ਵਾਸਤੇ ਸਾਨੂੰ ਧਰਨਾ ਲਾਉਣਾ ਪੈ ਰਿਹਾ, ਸਾਨੂੰ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ, ਆਹ ਤਾਂ ਹਾਲਾਤ ਨੇ। ਜੇ ਮੰਡੀ ਗੋਬਿੰਦਗੜ੍ਹ ਦੀ ਗੱਲ ਕਰ ਲਓ, ਜੇ ਸਾਡੀ ਅਮਲੋਹ ਸ਼ਹਿਰ ਦੀ ਗੱਲ ਕਰ ਲਓ, ਪਿੰਡਾਂ ਦੀ ਗੱਲ ਕਰ ਲਓ, ਸਾਡੀ ਸਰਪੰਚੀ ਚੋਣਾਂ ਹੋ ਗਈਆਂ, ਨਗਰ ਕੌਂਸਲ ਚੋਣਾਂ ਹੋਈਆਂ ਨੇ, ਜੋ ਲੁੱਟ ਖਸੁੱਟ ਹੋਈ ਆ। ਅਮਲੋਹ ਹਲਕਾ ਪਹਿਲਾ ਹਲਕਾ ਜਿੱਥੇ ਸਰਪੰਚੀ ਦੇ ਪੇਪਰ ਕਲੀਅਰ ਨਹੀਂ ਹੁੰਦੇ, ਸਵੇਰੇ 2:30 ਵਜੇ ਲਿਸਟ ਲੱਗੀ ਆ। ਕਿਉਂ? ਬਸ ਜਿਹਦਾ ਸੈਟਿੰਗ ਹੋਏਗੀ ਉਹ ਕਰੀ ਗਏ, ਉਹ ਵੀ 2:30 ਵਜੇ ਲੋਕਾਂ ਨੇ ਘਰਾਓ ਕੀਤਾ ਅਤੇ BDO ਅਤੇ ਦਫ਼ਤਰ ਪਿੱਛੋਂ ਖੇਤਾਂ ਤੋਂ ਕੰਢ ਟੱਪ ਕੇ ਭੱਜੇ ਆ ਅਤੇ ਲਿਸਟ ਲਾ ਕੇ ਭੱਜ ਗਏ। ਦੂਜੀ ਨਗਰ ਕੌਂਸਲ ਚੋਣਾਂ ਹੋਈਆਂ ਸਾਡੀਆਂ, ਮੰਡੀ ਗੋਬਿੰਦਗੜ੍ਹ ਵੱਡੀ ਇੰਡਸਟਰੀ ਆ ਸਾਡੀ, ਵੱਡਾ ਸ਼ਹਿਰ ਆ। ਉੱਥੇ ਅਕਾਲੀ ਦਲ ਸੰਬੰਧਿਤ ਜਿਹੜੇ ਉਮੀਦਵਾਰ ਸੀਗੇ ਉਹਨਾਂ ਦੇ ਕਾਗਜ਼ ਰੱਦ ਕਰਤੇ ਜੇਤੂਆਂ ਦੇ, ਜਿਹੜੇ ਪਿਛਲੇ 3-4 ਸਾਲ ਟਰਮਾਂ ਤੋਂ ਜਿੱਤਦੇ ਆ ਰਹੇ ਨੇ, ਲੋਕਾਂ ਨੇ ਸੇਵਾ ਕੀਤੀ ਆ। ਪਰ ਉਹ ਕਾਰਨ ਕੀ ਸੀ? ਕਿਉਂਕਿ ਨਗਰ ਕੌਂਸਲ ਦੇ ਪੈਸੇ ਦੇ ਉੱਪਰ ਰੱਖ ਸੀ ਉਹਨਾਂ ਦੇ, ਉਹ ਬੋਲ ਉਹਨਾਂ ਨੇ ਬੋਲਣਾ ਸੀਗਾ। ਸੋ ਡੰਮੀ ਕੈਂਡੀਡੇਟ ਜਿਤਾਤੇ ਜਿਹੜਾ ਨੇ ਕਦੇ ਵੋਟ ਮੰਗੀ ਹੀ ਨਹੀਂ ਹੈ। ਹੋਇਆ ਕੀ ਆ ਹੁਣ? ਹੁਣ ਸਾਡਾ MLA ਜਿੱਥੇ ਉਹਨਾਂ ਦਾ ਸਵਾਗਤ ਹੋ ਰਿਹਾ ਉਹਦਾ, ਤੁਸੀਂ ਦੇਖੋ ਪਿੰਡਾਂ 'ਚ ਘਰਾਓ ਹੋ ਰਿਹਾ, ਸ਼ਹਿਰ 'ਚ ਘਰਾਓ ਹੋ ਰਿਹਾ, ਉਹਨੇ ਵੱਡੇ ਵੱਡੇ ਬੋਰਡ ਲਾ ਤੇ, ਕਹਿੰਦੇ ਵਿਕਾਸ ਪੁਰਸ਼ ਆ ਜੀ, ਹੈ ਕਹਿੰਦੇ ਵਿਕਾਸ ਕੀਤਾ, ਲੋਕਾਂ ਨੇ ਵੋਟ ਪਾੜਤੇ। ਮੈਂ ਕਿਹਾ ਵਿਕਾਸ ਤਾਂ ਕੀਤਾ ਉਹਨਾਂ ਨੇ, ਵਿਕਾਸ ਕੀਤਾ ਉਹਨੇ ਆਪਣੇ ਆਪ ਦਾ, ਆਪਣੇ ਘਰ ਦਾ ਵਿਕਾਸ ਕੀਤਾ, ਹਲਕੇ ਦਾ ਵਿਕਾਸ ਨਹੀਂ ਕੀਤਾ ਹੈ। ਜਿਹੜੀ ਨਗਰ ਕੌਂਸਲ ਕੋਲ 150 ਕਰੋੜ ਰੁਪਇਆ ਹੋਵੇ ਉਹ ਕਹਿੰਦਾ 90 ਕਰੋੜ ਰੁਪਇਆ ਮੈਂ ਲਾਤਾ, ਅਤੇ ਤੁਸੀਂ ਦੇਖੋ ਅੰਦਾਜ਼ਾ ਲਾਓ 90 ਕਰੋੜ ਰੁਪਇਆ ਲੱਗਿਆ ਹੋਵੇ ਤਾਂ ਉਰੇ ਮੈਂ ਸਮਝਦਾ ਕਿ ਕੰਕਰੀਟ ਦੀਆਂ ਸੜਕਾਂ ਹੋਣੀਆਂ ਚਾਹੀਦੀਆਂ, ਵਧੀਆ ਸਿਸਟਮ ਹੋਣਾ ਚਾਹੀਦਾ। ਪਰ ਉਹ ਸਾਰੇ ਹੀ ਉਹਨੇ ਵਿਕਾਸ ਆਪਣੇ ਘਰ ਦਾ ਕੀਤਾ। ਲੋਕਡਾਊਨ ਦੇ ਦੌਰਾਨ ਜੋ ਰਾਸ਼ਨ 'ਚ ਕਾਣੀ ਵੰਡ ਕੀਤੀ, ਰਾਸ਼ਨ ਮਿਲਿਆ ਹੀ ਨਹੀਂ ਹੈ, ਲੋਕਾਂ ਨੂੰ ਕਰੋੜਾਂ ਰੁਪਏ ਰਾਸ਼ਨ ਦੇ ਪਾਤੇ ਆ। ਸੋ ਹੁਣ ਉਸ ਗੱਲ ਦਾ ਖਮਿਆਨਾ ਭੁਗਤਣਾ ਪੈ ਰਿਹਾ ਸਾਡੇ ਮੰਤਰੀ ਨੂੰ ਕਿ ਲੋਕ ਗੱਲ ਪੈ ਰਹੇ ਨੇ। ਚਲੋ ਆਪਾਂ ਜਾਂ ਲੋਕਾਂ ਦਾ ਵਿਸ਼ਵਾਸ ਆਪਣੇ ਚੁਣੇ ਨੁਮਾਇੰਦੇ ਤੋਂ ਚੱਕਿਆ ਜਾਵੇ ਨਾ ਜੀ, ਤਾਂ ਫਿਰ ਆਹੀ ਹਾਲ ਹੁੰਦਾ ਜੋ ਹੁਣ ਹੋ ਰਿਹਾ। ਹੁਣ ਆਪਾਂ ਚਲੋ ਥੋੜ੍ਹਾ ਇਹਨੂੰ ਆਪਾਂ ਗੱਡੀ ਨਾ ਇੱਕ ਜਿਵੇਂ ਫਿਲਮਾਂ 'ਚ ਹੁੰਦਾ ਫਲੈਸ਼ਬੈਕ 'ਤੇ ਚੱਲਦੇ ਹਾਂ, ਫਲੈਸ਼ਬੈਕ 'ਚ ਚੱਲਦੇ ਹਾਂ। ਸਟੂਡੈਂਟ ਪੋਲੀਟਿਕਸ ਦੇ ਵਿੱਚ ਕਿਵੇਂ ਐਂਟਰੀ ਹੋਈ ਆ ਪਹਿਲਾਂ? ਦੇਖੋ ਸਾਡਾ ਕੋਈ, ਮੈਂ ਇੱਕ ਹੋਰ ਗੱਲ ਕਹਿੰਦਾ, ਅਸੀਂ ਜਿਹੜੇ ਦੌਰ 'ਚ ਪੜ੍ਹਦੇ ਹੁੰਦੇ ਸੀ, ਮਤਲਬ ਕੰਧਾਂ 'ਤੇ ਰਾਜੂ ਖੰਨਾ ਦੇ ਪੋਸਟਰ ਹੁੰਦੇ ਸੀ, ਯੂਨੀਵਰਸਿਟੀ 'ਚ ਤੁਸੀਂ ਸਾਡੇ ਸੀਨੀਅਰ ਹੋ, ਹਾਂਜੀ ਹਾਂਜੀ, ਤੁਹਾਨੂੰ ਨਹੀਂ ਪਤਾ ਹੋਣਾ ਕਿਉਂਕਿ ਅਸੀਂ ਬਹੁਤ ਜੂਨੀਅਰ ਹਾਂ, ਗਾਂ ਦੀ ਗਾਂ ਦੀ ਗਾਂ ਦੀ ਗਾਂ, ਹੈ ਨਾ? ਤਾਂ ਪਰ ਅਸੀਂ ਪੋਸਟਰ ਉਹ ਦੇਖੇ, ਹੈ ਨਾ? ਪੰਜਾਬ ਦੀ ਪੋਲੀਟਿਕਸ ਦੇ ਵਿੱਚ ਕੋਈ ਬੰਦਾ ਆਉਂਦਾ ਵੀ ਯਾਰ ਮੈਂ ਕਿਉਂ ਆਵਾਂ ਸਟੂਡੈਂਟ ਪੋਲੀਟਿਕਸ ਦੇ ਵਿੱਚ? ਮਤਲਬ ਉਹ ਤਾਂ ਇਕੱਲੀ ਪੋਸਟਰ ਲਵਾਉਣ ਤੱਕ ਲੱਗਦੀ ਹੁੰਦੀ ਸੀ ਯੂਨੀਵਰਸਿਟੀ ਦੀ, ਐਂ ਹੁੰਦਾ ਸੀ, ਹੈ ਨਾ? ਹਾਂ ਐਂ ਹੁੰਦਾ ਸੀਗਾ, ਬਿਲਕੁਲ ਸਹੀ ਗੱਲ ਹੈ ਵੀ ਉਹ, ਮਤਲਬ ਹੁਣ ਠੀਕ ਹੈ ਕੈਮਰੇ 'ਤੇ ਮੈਨੂੰ ਮੰਨਣ 'ਚ ਕੋਈ ਹਰਜ਼ ਨਹੀਂ, ਵੀ ਇੱਕ ਵਾਰੀ ਮੈਂ ਕਿਸੇ ਨੂੰ ਪੁੱਛਿਆ ਵੀ ਸੀ, ਮੈਂ ਯਾਰ ਤੁਸੀਂ ਪੋਸਟਰ 'ਚ ਪਾ ਕੇ ਕਿਉਂ ਲਾਏ ਆ? ਟੌਰ ਜੀ ਹੁੰਦੀ ਆ ਬਸ ਇੱਕ, ਹਾਂ ਉਹ ਕਹਿੰਦਾ ਵੀ ਟੌਰ ਹੋ ਜਾਂਦੀ ਹੈ ਨਾਲੇ ਸਾਰਿਆਂ ਨੂੰ ਨੰਬਰ ਪਤਾ ਲੱਗ ਜਾਂਦਾ। ਨਹੀਂ ਮੈਂ ਦੱਸਦਾ ਕੀ ਆ, ਅਸੀਂ ਨਾ ਇੱਕ ਪੰਜਾਬੀ ਹਿਸਤਰੀ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਬਣਾਈ ਸੀ, ਪੁਸਵਾਨਾ ਦੀ ਜਥੇਬੰਦੀ ਬਣਾਈ ਸੀ। ਅੱਛਾ, ਤਕਰੀਬਨ ਸਾਡੇ ਸਾਰੇ ਜ਼ਿਲ੍ਹਾ ਪਟਿਆਲਾ, ਫਤਿਹਗੜ੍ਹ ਸਾਹਿਬ, ਰੋਪੜ, ਮੋਹਾਲੀ, ਜਿਹੜੇ ਪੰਜਾਬੀ ਸਟੂਡੈਂਟ ਕਾਲਜ ਬਰਨਾਲਾ ਹੋ ਗਿਆ, ਸੰਗਰੂਰ ਹੋ ਗਿਆ, ਅਸੀਂ ਉੱਥੇ ਜਥੇਬੰਦੀ ਬਣਾਈ ਅਤੇ ਔਰਗਨਾਈਜੇਸ਼ਨ ਦੇ ਵਿੱਚ ਅਸੀਂ ਆਪਣੇ ਤੌਰ 'ਤੇ ਕਾਲਜਾਂ ਦੇ ਵਿੱਚ ਨੁਮਾਇੰਦੇ ਚੁਣਨੇ ਸ਼ੁਰੂ ਕੀਤੇ। ਠੀਕ ਹੈ, ਅਸੀਂ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਮਤਲਬ ਟਕਰਾਓ ਨਹੀਂ ਪੈਦਾ ਕੀਤਾ ਕਦੇ। ਅਸੀਂ ਪ੍ਰਿੰਸੀਪਲ ਨਾਲ ਜਾਣਾ, ਉਹ ਕਾਲਜ ਦੇ ਪ੍ਰਧਾਨ ਜਾਂ ਕਮੇਟੀ ਬਣਨੀ ਸੀ, ਉਹਨੂੰ ਮਿਲਾ ਕੇ ਆਉਣਾ ਵੀ ਸਾਡੇ ਸਟੂਡੈਂਟ ਨੇ ਜੀ, ਇਹਨਾਂ ਨੂੰ ਕੋਈ ਲੋੜ ਦੱਸੋ ਤੁਸੀਂ, ਇਹਨਾਂ ਨੂੰ ਇੱਕ ਸਟੂਡੈਂਟ ਮਸਲੇ ਨੇ ਪਹਿਲ ਦੇ ਹੱਲ ਕਰਾਓ। ਹਾਂ, ਅਤੇ ਸਾਡਾ ਉਹ ਬੜਾ ਵਧੀਆ ਤਾਲਮੇਲ ਬਣਿਆ ਸਾਰੇ, ਸਾਨੂੰ ਫਿਰ ਹੌਲੀ ਹੌਲੀ ਜਦੋਂ ਅਸੀਂ ਪੰਜਾਬੀ ਸਕੂਲ ਤੋਂ ਬਾਹਰ ਨਿਕਲੇ, ਪਟਿਆਲਾ ਗਏ, ਸਾਰੇ ਪੰਜਾਬ 5-6 ਜ਼ਿਲ੍ਹਿਆਂ 'ਚ ਗਏ, ਆਲਦੇ ਮਾਲਵੇ ਦੇ ਗਏ ਸੀ, ਅਤੇ ਸਾਨੂੰ ਲੋੜ ਮਹਿਸੂਸ ਹੋਣ ਲੱਗ ਗਈ ਵੀ ਕੋਈ ਸਾਨੂੰ ਪਲੇਟਫਾਰਮ ਚਾਹੀਦਾ, ਪੋਲੀਟੀਕਲ ਪਲੇਟਫਾਰਮ ਚਾਹੀਦਾ। ਸਾਡੇ ਪਟਿਆਲੇ ਕੈਪਟਨ ਅਮਰਿੰਦਰ ਸਿੰਘ CM ਉਦੋਂ, ਅਤੇ ਸਾਨੂੰ ਉਹਦੀ ਰਾਜਾ ਸ਼ਾਹੀ, ਸਾਡਾ ਕੋਈ ਸੰਪਰਕ ਨਹੀਂ ਸੀਗਾ, ਫਿਰ ਬੜੇ ਬੰਦੇ ਨੇ ਕਿਹਾ ਵੀ ਤੁਸੀਂ ਕੈਪਟਨ ਅਮਰਿੰਦਰ ਨਾਲ ਜੁੜੋ ਯਾਰ, ਬੜਾ ਵਧੀਆ ਬੰਦਾ ਉਹ। ਸਾਨੂੰ ਲੱਗਿਆ ਵੀ ਅਸੀਂ ਸਧਾਰਨ ਪਰਿਵਾਰ ਦੇ ਬੰਦੇ ਹਾਂ, ਇਹ ਰਾਜੇ ਰਿਵਾੜੇ ਬੰਦੇ ਨੇ, ਸਾਡੀ ਤੁਹਾਡੀ ਗੱਲ ਬਣਨੀ ਨਹੀਂ ਨਾਲ। ਅਸੀਂ ਫਿਰ ਵਿਚਾਰ ਕੀਤਾ ਬੜੇ, ਸਾਡੇ ਕਿਉਂਕਿ ਸਾਰੇ ਪੜ੍ਹੇ ਲਿਖੇ ਸੀ ਨੌਜਵਾਨ ਸੀਗੇ ਵੀ ਪਰ ਕਿਹਦੀ ਪਾਰਟੀ ਜੁੜਨਾ ਚਾਹੀਦਾ। ਸੋ ਸਾਰਿਆਂ ਨੇ ਗੱਲ ਸੋਚੀ ਵੀ ਆਪਾਂ ਨੂੰ ਸ਼੍ਰੋਮਣੀ ਅਕਾਲੀ ਦਲ ਜੁੜਨਾ ਚਾਹੀਦਾ, ਖਾਸ ਕਰਕੇ ਸਰ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਜੀ ਨਾਲ। ਅਸੀਂ ਕਿਹਾ ਵੀ ਐਂ ਜੁੜਨਾ, ਪਹਿਲਾਂ ਇੱਕ ਮੀਟਿੰਗ ਕਰਦੇ ਉਹਨਾਂ ਨਾਲ ਅਸੀਂ, ਸਾਡੇ ਨਾਲ ਉਹਨਾਂ ਨੇ ਮੀਟਿੰਗ ਹੋਈ ਅਤੇ ਅਸੀਂ ਬਾਲਤਰ ਨੂੰ ਦੱਸਿਆ ਵੀ ਸੁਖਬੀਰ ਜੀ ਮਿਲ ਗਏ, ਮਜੀਠੀਆ ਸਾਹਿਬ ਸੀਗੇ, ਅਸੀਂ ਚੰਡੀਗੜ੍ਹ ਮਿਲੇ ਉਹਨਾਂ ਘਰ। ਅਸੀਂ ਕਿਹਾ ਵੀ ਅਸੀਂ ਸ਼੍ਰੋਮਣੀ ਅਕਾਲੀ ਜੁਆਇਨ ਕਰਨਾ ਚਾਹੁੰਦੇ ਹਾਂ। ਉਹ ਦੌਰ ਬੜਾ ਹੋਰ ਤਰ੍ਹਾਂ ਦੌਰ ਸੀਗਾ। ਉਹ ਦੌਰ ਦੇ ਵਿੱਚ ਕੀ ਸੀਗਾ ਕਿ ਕੈਪਟਨ ਅਮਰਿੰਦਰ ਨੇ
सारे अकाली दल कैबिनेट मंत्री परचे कराते जिन्हें जो बंदे होर डरता कोई बोलता चूह नहीं करता जब अभी सुखबीर जी ने कहा भी अं पटियाले फंक्शन करना हाँ। तो वह कहते भी तुम कि कर लोगे अस हाँ जी कर लेंगे हाँ। तो सानू इस गल की हैरान होने दो तीन बंद ने कहा तुम पटियाले फंक्शन करोगे असं करा यार सू की हाँ। तो असी टाइम लिता सुखबीर सितंबर का 4 सितंबर का तो सुखबीर जी तो मजीठिया साहब आ गई लीडरशिप आ गई साढ़े तो उत्तर 10,000 स्टूडेंट का इकट्ठ होया इकट्ठ भी पता किमें होया जी वो कोई बरनाले तो बसा चढ़ के उपर सरकारी बस पैसे तो होंगे नहीं थोड़े ही साधन होंगे इकट्ठ करना सीगा पामकोट मैरिज पैलेस पर इकट्ठ किया सरकारी बसा के उपर बसा चढ़ चढ़ के आ रही लोग चढ़ के आ रहे बस स्टैंड तो पटियाला पामकोट 8 किलोमीटर 10 किलोमीटर होना लोग पैर ला रहे साढ़े कृपाल सिंह बडूंगर मुझे याद आ ये साढ़े फंक्शन से पहला आ गए मैंने कहा काका तेन बहुत बधाई तेन मैं किस गल की कह तेरी रैली कामयाब होगी मैं कह जी हे भी 2 घंटे होना सुखबीर जी ने आना बाल साहब ने आना मजीठिया साहब ने आना भी ये तो पंडाल तो फटाफट कुर्सियाँ उस टाइम असी लाई सी मेरे ख्याल 55 कुर्सी लाई सी उस टाइम असी मतलब वधिया वड्डा कट सीगा फिर 10,000 बंदा फटाया गया उदों तो असी पुछिया सीगा भी आह भी किवें कहिंदा लैन लगी आउंदी आ लैन लगी आउंदी आ एस ओ जो असी पहली बार मतलब स्टूडेंट एस ओ पुष्पा दे सीगे स्टीकर बने साढ़े अच्छा वो कहते तुहाडे दा मतलब सैकड़े हज़ार बंदे पैदल तुरे आते हैं बस स्टैंड तो ठीक है बस अच्छा जो आए उही गल हुई जदों सुखबीर जी पहुँचे उत्थे मजीठिया साहब आए रखड़ा साहब सीगे कैप्टन कमल जी सी उदों सीगे कैप्टन साहब होर लोकल लीडरशिप सीगी सारी तो देखिया तो रैली बड़ी कामयाब हुई हाँ। रैली की खासियत यह सी सुखबीर जी ने 3 बार कहा भी मैं रैलियाँ बहुत देखिया ने इन्नी छोटी उम्र का मैं यूथ पहली बार देखिया अच्छा सारी 30 साल तो 25 साल तो घट उम्र वाले थे जी हाँ। तो सानू बाल साहब कहते भी दसो तुम मजीठिया साहब नूं कहते भी थोड़ा की अनाउंस करिए हाँ। असं क्या सोचे ही नहीं है कदे हाँ। बाकी नहीं सोचे असी कट करता तो कट बहुत बड़ा होया तो कहते दसो क्या नहीं कर सकते असी फिर फंक्शन हो गया असी बाल साहब मिलने नहीं गए महीना एक महीने बाद गए ही नहीं क्यों बस यूनिवर्सिटी जा फंक्शन हो गया ठीक है बस ठीक है जी यूनिवर्सिटी का माहौल यह जहाँ होंगे निकलो जी मतलब माहौल जहाँ जी थानू फिर बाल साहब ने कहा भी थोड़ा यूथ च पाना असं फिर उन्होंने कहा भी मजीठिया साहब सारे सी ढिलो साहब सके सारे असं क्या तुम ऐ करो सानू तो यूथ ना पाओ असं स्टूडेंट विंग बनाना चाहते फटा स्टूडेंट ऑलरेडी बढ़िया हुआ साढ़ा हाँ। उस टाइम श्रोमणी अकाली दल फैसला कर रहे थे स्टूडेंट विंग बनाइए वह हाँ। नाम भी एस ओ ही डिसाइड किया उदों असी तो उदो सरप्रस्त साहब बिक्रम सिंह सुखबीर सिंह बादल होंगे यूथ तो एस ओ ही ने ठीक है तो मजीठिया साहब उदो मतलब काम सारा देखते सके पर सरप्रस्त सुखबीर सिंह बादल से फिर उदों 4 तो बाद एक बार जथेबंदी अनाउंस होने लगी फिर कोई थोड़ी जी उस टैक्निकल हिच आ गई पर असी काम जारी रखे अपना असी सारे मालवा बैल्ट के नौजवानों लामबद करी गए तो उस तो बाद फिर 2006 के मैं नैशनल प्रेजिडेंट बनाया एस ओ का उन्होंने सोए का 6 च बनया मैं तो पर एक है भी मैं लगता है ना हाँ जी स्टूडेंट पॉलिटिक्स के जोड़े बंदे आते हैं राजनीति च बंदे ना उन्होंने आउटसाइडर देखते हैं सही गल है ना उन्होंने आपदे नहीं समझते क्योंकि बंदे किसी ज्यादातर उन्होंने किसी लीडर के पुत नहीं होंगे बिल्कुल सही गल है ना ना ही उन्होंने कोई विरासत होंगी है मतलब मैं यह नहीं क्या थोड़ी पार्टी की कल गल करना मैं बाकी पार्टियां च भी लीडर आना मैं जिन्ना क जानता है ना उन्होंने ज्यादातर चाहे कांग्रेस के भी आ बहुत बंदे हूँ आप च भी कई बंदे जो स्टूडेंट पॉलिटिक्स चो आए जी पुरानी पॉलिटिक्स होंगी है ना पॉलिटिशियन होंगे वह लगता है मैं हाँ सारा कुछ तो वो एक नवा बंदा आके तो एंट्री कर नहीं देखो एक गल थोड़ी गल बिल्कुल ठीक है हाँ। देखो सानू भी बड़े बंदे कहते होंगे सके हाँ। तुम यार जुड़ रहे हो थोड़ा बंद इलेक्शन तो बाद मिलना की करना की करे पर सानू सर सुखबीर सिंह बादल जी तो इस गल का विश्वास है भी नहीं वो बंदे के विजन पंजाब लैके अगे लेके आता जो अभी मीटिंग की बाल साहब ने मजीठिया साहब असं किया भी असं नौजवानों पर विश्वास करना चाहते हाँ भी कोई कल नौजवानों की नौकरी हो बिल्कुल ऑन मैटर होनी चाहिए आ तो कल साढ़े नौजवानों पहला की होंगे सी अगला कहना फलाने परिवार का मुंडा मंत्री का मुंडा किसी पोलीटिकल बैकग्राउंड आनू जिला योजना बोर्ड का चेयरमैन बना दो उन्होंने ब्लाक समिति का चेयरमैन ला दो टिकट इलैक्शन ला दो जी उन्होंने मार्क कमेटी चेयरमैन ला दो असं सुखबीर जी गल की भी नौजवानों बनता मानस कर देना आपने वो कहते भी थोड़ा साढ़ा वादा भी सरकार बन तो बाद एक यूथ डिवेलपमेंट बोर्ड बना पंजाब ठीक है जिदा चेयरमैन भी असं स्टूडेंट लाना ओके तो उन्होंने कैबिनेट का स्टेटस देना
स्टूडेंट के यूथ के मैंबर लेने सारे बोर्ड के, तो सरकार बनी सी बड़ा जोर लाया लामबंद किया सारा इन्हें सरकार दे विच सरकार बनाने दे विच नौजवानों का बहुत बड़ा योगदान सी। पर जो कमिटमेंट साहब सुखबीर सिंह बादल ने की, साहब बिक्रम सिंह मजीठिया ने की, लीडरशिप ने की, वो तो पूरा उतरे हो पूरा किवें उतरे देखो उन्होंने टाइमों के जोड़े नौजवान कोई जिला प्रधान से SO के साढ़े जथेबंदी कोई भी किसी लीडर का ज किसी का बड़े परिवार का कोई बंदा नहीं सी। पर जो मान लो हुण सवाल एक भी बनता ना भी जो तुम बोर्ड के चेयरमैन बन गए तुम की करे? मैं दस रहा हाँ उ मैं उ रहा देखो बोर्ड के चेयरमैन बन गए सी तो मैं चेयरमैन से जेडे तरुण चुग ने BJP के नैशनल जनरल सैकटरी वो तो वाइस चेयरमैन से ओके तो साढ़े जिन्हें बोर्ड के मैंबर से सारे SOE के जिला डिस्ट्रिक्ट प्रेजिडेंट से कोई यूथ पाए थे असी फिर क्योंकि मिनिस्टर सुखबीर सिंह बादल से प्रधान जी जो गल अभी कहते हूँ भी कह दें कहते कोई भी एक गल सुखबीर सिंह बादल बिक्रम सिंह मजीठिया बड़ी बड़ी एक वधिया गल आ भी कोई छोटा तो छोटा वर्कर भी जाके उन्होंने गल सलाह दिंदा ना उत्थे पूरे उतरते हैं। असी क्या भी साड़ी मीटिंग पहली मीटिंग हुई असी क्या भी नौजवानों वास्ते जो आप वादा किया पूरा करिए भी जेडे नौजवान ने वधिया काम किया मुंडिया ने उन्होंने ना सरकार च मानस कर दईए आप नगर कौंसल चोणां आईआं ब्लाक समिति आए जिला परिषद आईआं मार्केट कमेटी चेयरमैन बने SOI यूथ दे विचों बने उहदी अगवाई मजीठिया साहब ने की असी कहा तुसीं अगवाई करो तुसीं सारे नौजवानों नूं लामबंद करके ना जिहड़े ने लिस्ट बनाओ उन्हां नूं बनाओ पाओ जद सरकार च तुसीं देखो पिछले 10 साल दे विच मेरे वर्गे परिवार दे किन्ने नौजवान होणे आ जिहड़े किते चंगे चंगे अहुदे ते रहे ने ते अहुदे ते रहे ते एक मैसेज गया भी नहीं जे ਸਾਡੀ ਹਾਈ ਕਮਾਂਡ ਕਮਿਟਮੈਂਟ ਕਰਦੀ ਹੈ ਕੋਈ ਤਾਂ ਉਹਦੇ ਪੂਰਾ ਉੱਤਰ ਦੇ। ਪਰ ਨੈਗੇਟਿਵ 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 ਤਾਂ ਕੀਤਾ ਹੁਣ ਮੇਰੇ ਨਾਲ ਸ਼ਬਦ ਜੰਮ ਗਏ ਠੰਡ ਕਰਕੇ ਬਾਈ ਦੀ ਰੈਲੀ ਸੀਗੀ ਅਸੀਂ ਇੱਥੇ ਕਾਫੀਆਂ ਪੀ ਗਏ ਤੇ ਨੈਗੇਟਿਵ ਤਾਂ ਕੀਤਾ ਹੋਣਾ ਲੋਕਾਂ ਨੇ ਨੈਗੇਟਿਵ ਮਤਲਬ ਕਿਸੇ ਨੇ ਕਿਹਾ ਹੋਣਾ ਯਾਰ ਯਾ ਸਿਆਸਤ ਵਾਲਾ ਪੰਗਾ ਜਾਂ ਹਨਾ ਸਾਰੀਆਂ ਚੀਜ਼ਾਂ ਨਹੀਂ ਦੇਖੋ ਗੱਲ ਇਹ ਹੈ ਦੇਖੋ ਦੋ ਗੱਲਾਂ ਨੇ ਜੇ ਤੁਸੀਂ ਰਾਜਨੀਤਿਕ ਸੇਵਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ कोई पोलीटिकल प्लेटफॉर्म चाहिए तुम किसी का मसला किमें हल करोगे तुम किमें नौजवानों जे आप कहने पॉलिटिक्स है जो चंगे बंदे अगे आवे हाँ जाके सिस्टम ठीक होगा। पर इन्ने चिर हो गया कांग्रेस की भी सरकार आई है ना मैं क्योंकि मैं उन्होंने ये सवाल जरूर करदा जेडे यूथ लीडर है ना मैं वरिंदर ढिल्लों भी यह सवाल करा मैं थोड़ा भी कहना कि साड़ी पंजाब की पॉलिटिक्स सारे विद्यार्थी पॉलिटिक्स चो निकले हुए लीडर की एक नाकामी समूहक नहीं हैगी कि यार पंजाब च इलेक्शन ही नहीं होंगे तो पंजाब असी भी बड़ा उदो किया हाँ। दरअसल की है कदे साढ़े बार नूं कोर्ट स्टे हो गई कदे पंजाब बॉर्डर स्टेट होने करके माहौल करके खराब करके एजेंसियां ने रोकता कदे कोर्ट स्टे हो गई सो असी भी चाहते सी भी पंजाब च इलेक्शन हो पर देखो पर सेंट्रल एजेंसीज नूं पंजाब दे इलेक्शन ते उन्हां नूं त्राज है वह देखो पहला भी पंजाब दे विच जो मतलब दौर माड़ा दौर चलिया उस टाइम तो बाद इलेक्शन बंद हुई हुई हाँ, पंजाब जी हूँ इलेक्शन कमीशन स्टूडेंट चंडीगढ़ यूनिवर्सिटी इलेक्शन होंगी वो तो किन्नी पाबंदियां लग रही ने पिछे को रौला पै के बंद करा रहे हैं पर असी समझते कि चोणा होनी चाहिए बिल्कुल नहीं तो फिर वो सारे उम्मीद ही आई हाँ देखो लीडरशिप पार्टी कि निकलूगी चलो असी तो एक प्लेटफॉर्म नौजवान देता पहली बार होया कि एड्डी वड्डी गिनती नौजवान SOE ਦੇ ਪਲੇਟਫਾਰਮ ਤੇ ਇਕੱਠੇ ਹੋਏ ਨੇ ਮੈਂ ਇੱਕ ਲੀਡਰ ਨੂੰ ਫੋਨ ਕੀਤਾ ਯੂਥ ਲੀਡਰ ਨੇ ਮੈਂ ਬਾਈ ਕੀ ਕਰੀ ਜਾਂਦੇ ਹੋ ਕਹਿੰਦਾ ਯਾਰ ਕਿਸੇ ਦੀ ਲੰਮਰ ਚ ਕਰਾ ਕੇ ਹਟਿਆ ਇਹ ਵੀ ਵਿਦਿਆਰਥੀ ਜੀਵਨ ਚ ਹੁਣ ਇਹ ਗੱਲ ਨੂੰ ਉਹੀ ਬੰਦੇ ਸਮਝਣਗੇ ਜਿਹੜੇ ਯੂਨੀਵਰਸਿਟੀ ਜਾਂ ਕਾਲਜ ਤੱਕ ਪੜ੍ਹੇ ਆ ਕਿ ਵਿਦਿਆਰਥੀ ਜੀਵਨ ਦੀ ਜਿਹੜੀ ਪੋਲਿਟਿਕਸ ਆ ਇਹਦੇ ਚ ਇਹ ਵੀ ਇੱਕ ਪੁੰਨ ਦਾ ਕੰਮ ਕਰਦੇ ਆ ਆ ਇਹ ਸਾਰੇ ਦੇਖੋ ਪਤਾ ਕੀ ਆ ਤੁਸੀਂ ਕਰਵਾਏ ਕੋਈ ਇੱਕ ਏਜ ਦੇ ਮੁਤਾਬਕ ਗੱਲ ਕੀ ਆ ਇੱਕ ਏਜ ਦੇ ਮੁਤਾਬਕ ਸਭ ਕੁਝ ਚੰਗਾ ਲੱਗਦਾ स्टूडेंट पॉलिटिक्स ਦੇ ਵਿੱਚ ਤੁਹਾਡੀ ਆ ਵੀ ਗੱਲ ਠੀਕ ਆ ਮੈਰਿਜ ਆ ਕਿ ਨਹੀਂ ਮੈਰਿਜ ਚਲੋ ਕੋਈ ਆਜ ਨਾ ਬੰਦਾ ਕੋਈ ਬੰਦਾ ਬਣੇ ਵਿਚੋਲੇ ਵਿਚੋਲੇ ਬਣ ਮੈਂ ਬਾਅਦ ਚ ਸੈਟਿੰਗ ਬਹੁਤ ਹੋਈਆਂ ਨੇ ਤੇ ਇੱਕ ਇਹ ਆ ਵੀ ਸਟੂਡੈਂਟ ਦੇ ਪੋਲਿਟਿਕਸ ਆ ਨਾ ਜੀ ਮੈਂ ਸਮਝਦਾ ਕਿ ਅੱਜ ਕੱਲ ਸਟੂਡੈਂਟ ਪੋਲਿਟਿਕਸ ਬੜਾ ਨਿਗਾਰ ਆ ਗਿਆ ਕੋਈ ਬੱਚੇ ਬਾਹਰ ਜਾਣ ਲੱਗੇ ਮੈਂ ਬੜੇ ਬੰਦਿਆਂ ਨੂੰ ਕਹਿਣਾ ਹੁੰਦਾ ਪਰਿਵਾਰਾਂ ਨੂੰ ਬੱਚੇ ਨੂੰ ਯੂਨੀਵਰਸਿਟੀ ਭੇਜੋ ਕਾਲਜ ਭੇਜੋ ਇਹ ਜ਼ਰੂਰੀ ਗੱਲ ਨਹੀਂ ਯੂਨੀਵਰਸਿਟੀ ਜਾ ਕੇ ਆਫਰ ਕਰਕੇ ਨਿਕਲਣਾ ਬੰਦੇ ਨੂੰ ਸਰਕਲ ਮਿਲਦਾ ਉਹਨੂੰ ਇੱਕ ਖੁੱਲਣ ਦਾ ਮੌਕਾ ਮਿਲਦਾ ਉਹਨੂੰ ਦਾਇਰਾ ਵੱਧਦਾ ਬੰਦੇ ਦਾ ਉਹਨੂੰ ਪਤਾ ਲੱਗਦਾ ਦੁਨੀਆ ਤੋਂ
मेरे पिंड शहर तो बाहर जाके लोग कितने किमें बसते हैं जाके सही है जरूर जाना चाहिए। मैं कहना हर एक बंद मैं बड़िया भी लड़ाई हो जाती मेरी पर पंजाब की दिक्कत यह है ना कि यूनिवर्सिटीज़ चंगे चंगे ब्रेन ने चंगे चंगे बंदे पढ़ने वो सारे बाहर जाना चाह चाहे बाहर जाके तंग ने तुम भी जाके आए मैं भी जाके आया बाहर जाके तंग ने बंदे भी बहुत औखा यार मैं तो पासपोर्ट ही नहीं बनाया डर बनाया ना मैं बनाया ही नहीं मैं की पता कल नू फिर चलो माड़ा माड़ा जाने का मौका मिलया क्योंकि साडा मेरे यूनिवर्सिटी पढ़ते बड़े टूर लगे ने साडे अमेरिका टूर लग्या क्योंकि सी गवर्नमेंट दी आई ICCR वालों ना साडे मैं भंगड़े फिर टीम पाउंदे हुंदे मित्रागल टीम च रहे यूनिवर्सिटी रहे असी ते सानू बाहर जाने दा उस टाइम मौका मिलया मैं तो सरकारी टूर बहुत लाए ने बहुत वधिया टीम होंदी मैदराकाली साडी बहुत वधिया टीम होंदी सी ते पंजाबी यूनिवर्सिटी दे बहुत वधिया टीम होंदी मैदराकाली साडी बहुत वधिया टीम होंदी सी ते पंजाबी यूनिवर्सिटी टीम जिवें साडे दविंदर बाई होरी हो गए हांजी हरजीत सिंह हो गए बई बीनू हो गया हांजी रोही और रूबी होरी साडे बहुत वधिया टीम साडी बनी हुई सी ते असी गवर्नमेंट इंडिया टूर लाए ने अमेरिका जाके असी चाइना चूना की कंट्री जाके जाने का मौका मिलया ते मैं समझदा कि ये मौका ताही मिलया जे मैं यूनिवर्सिटी गया जे मैं उरे अज मैं तुहाडे नाल बैठा इंटरव्यू कर रहा ना ये मैं मौका ता मिलया जे मैं पंजाबी यूनिवर्सिटी आया पंजाबी यूनिवर्सिटी आया मैं ते मैं अज भी यूनिवर्सिटी को लंघदा मत्था टेक के लंघदा उत्ते हाथ जोड़ के लंघी दा भी नहीं यार आ सारी दिन इहदी आ मैनू कौन जानता सीगा चलो दोस्तों सर्कल बहुत वड्डा सी मित्राकाल सी बहुत वड्डा सर्कल सीगा पर पंजाबी यूनिवर्सिटी आके जिवें पॉलिसी नहीं हुंदी है बंदे नूं ऐ सानू उत्थे जाके जे सुखबीर जी मिले सानू उह स्टूडेंट शक्ति सीगी साडे भरा सी साडे वड्डी टीम सीगी ते मैं समझदा जो भी मैं समझदा मैं तां इह समझदा भी जो मैनू कुछ मिलिया उह साडी पंजाबी यूनिवर्सिटी मित्राकाल पंजाबी यूनिवर्सिटी साडे सर्कल ग्रुप दा टीम दा बहुत वड्डा योगदान असल च ना हुण गल चो जदों याद आ जे गल गल कह देनी चाहीदी आ हणा ਅਸੀਂ ਨਾ ਯੂਨੀਵਰਸਿਟੀ ਬੁੱਧਵਾਰ ਦੀ ਉਡੀਕ ਕਰੀ ਜਾਂਦੇ ਰਹਿੰਦੇ ਉਹ ਕਿਉਂ ਕਿ ਬੁੱਧਵਾਰ ਨੂੰ ਯੂਨੀਵਰਸਿਟੀ ਚ ਪਨੀਰ ਬਣਦਾ ਸੀ ਹਾਂ ਉਹ ਸਪੈਸ਼ਲ ਡੇ ਹੁੰਦਾ ਸੀ ਜਿੰਦਾ ਵੀ ਬੁੱਧਵਾਰ ਕਿਹੜੇ ਕਿਹੜੇ ਹੋਸਟਲ ਸੀਗੇ ਮੈਂ 5 ਨੰਬਰ ਤੇ ਪਈ ਵੀ ਸੀ ਮੈਂ 6 ਸੀਗਾ ਅੱਛਾ ਵਾਹ ਇਹ 6 ਨੰਬਰ ਹੋਸਟਲ ਸੀ ਅਸੀਂ ਹਾਂ ਉੱਥੇ ਮਤਲਬ ਯੂਨੀਵਰਸਿਟੀ ਚ ਇਹ ਚੀਜ਼ ਵੀ ਹੁੰਦੀ ਆ ਕਿ ਤੁਸੀਂ ਇੱਕ ਦਿਨ ਦਾ ਇੰਨਾ ਇੰਤਜ਼ਾਰ ਕਰਦੇ ਹੋ ਸਾਨੂੰ ਬੁੱਧਵਾਰ ਨਹੀਂ ਜ਼ਿੰਦਗੀ ਚ ਭੁੱਲਦਾ ਇੱਕ ਉਹ ਸਵੇਰ ਦੇ ਪਰੌਂਠੇ बख्शिश ला लो भी बहुत इंजॉय किया बहुत मतलब सारा कुछ स्टूडेंट लाइफ देना वधिया रहे बहुत वधिया माहौल यूनिवर्सिटी यादा ताजिया करा दी मैं तो आप क्योंकि आप इस बहाने वो होस्टलों के कमर च घूम ले पर सियासत चाने एंट्री होंगी है एक बहुत ज़्यादा गल उठती है ना कि राजू खन्ना पंजाब दे विच केवल माफिया लैके आए केवल जे जिहड़ा एक बिजनेस सी उन्हों राजू खन्ना एक माफिया बना दे मैं ना इस गल ते हैरान हुंदा भी एक माफिया लफ्ज बनाता हाँ देखो असी ना असी मैं पंजाबी यूनिवर्सिटी पढ़ते ही तो चलो आप सारे सधारण परिवार चु हाँ मैं तो सधारण परिवार चु हाँ असी ना असी सोचा भी काम कार करिए कोई यार असी साढ़े दोस्त आ 5-10 दफ्त कट्ठे से असी सब थोड़े थोड़े पैसे पा के ना असी साढ़े पटियाले ना शराब के ठेके लैले सी अच्छा तो मैं गल दसदा भी लोग कहते भी पता बिजनेस सरकार एस्टैबलिश किया एक गल है कि 2010 की गल आ 10 तो पहले 98-97 की गल यूनिवर्सिटी पढ़ते कारोबार मजाक करा है जी एक मजाक करा हाँ जी हाँ जी तुम तो बहुत समा पहले नशा मुक्त पंजाब वाले तुर पे सी नहीं नहीं वो नहीं चलो कारोबार है देखो बिजनेस नहीं नहीं मैं मजाक देखो कारो पैसे इकट्ठे कर कारोबार किया सानू 2 पैसे बच गए सानू लगे बड़ा वधिया सिस्टम असीं जाके बठिंडे पंगा थोड़े वाले पासे पंगा लैले जाके अच्छा उदों हरियाणा खुला बंद हुंदा सीगा पंजाब खुला हुंदा सी मतलब खुला बंद किवें
ਉਦੋਂ ਹਰਿਆਣੇ ਸ਼ਰਾਬਬੰਦੀ ਬੰਦ ਸੀਗੀ ਉਦੋਂ। ਅੱਛਾ ਸ਼ਰਾਬਬੰਦੀ ਸੀ ਉਦੋਂ? ਸ਼ਰਾਬਬੰਦੀ ਪੰਜਾਬ ਹਰਿਆਣਾ ਬਠਿੰਡਾ ਖੁੱਲ੍ਹਾ ਪੰਜਾਬ ਖੁੱਲ੍ਹਾ ਹੁੰਦਾ ਸੀ ਅਤੇ ਉਹ ਸਾਡੇ ਮਾੜੇ ਭਾਗ ਲਾ ਲਓ ਜਾਂ ਸਾਨੂੰ ਰੱਬ ਨੇ ਇਸ ਕੰਮ 'ਚੋਂ ਦੂਰ ਕਰਨਾ ਸੀਗਾ। ਉਹ ਬਹੁਤ ਵੱਡਾ ਘਾਟਾ ਪਿਆ, ਸਾਡੀ ਪੂੰਜੀ ਤਾਂ ਉੜ ਗਈ ਨਾਲ ਬਹੁਤ ਵੱਡਾ ਘਾਟਾ ਪਿਆ। ਦੂਜੇ ਵਾਰ ਫਿਰ ਘਾਟਾ ਪੈ ਗਿਆ, ਸਾਡੇ ਨਾਲ ਵੱਡੇ ਠੇਕੇਦਾਰ ਸੀ, ਉਹਨਾਂ ਨੇ ਵੱਡੀ ਵੱਡਾ ਇਨਕਮ ਸੋਰਸ ਸੀਗਾ, ਅਸੀਂ ਤਾਂ ਛੋਟੇ ਰੁਪਏ ਇਕੱਠੇ ਕਰਕੇ ਚਲੋ ਅਸੀਂ ਪਾ ਲਏ। ਫਿਰ ਪਟਿਆਲੇ ਆ ਗਏ, ਬੜਾ ਨੁਕਸਾਨ ਹੋਇਆ ਉਸ ਦੌਰ ਦੇ ਵਿੱਚ। ਸਾਨੂੰ ਨਾ ਸਾਡੇ ਦੋਸਤ ਆ ਬਠਿੰਡੇ ਠੇਕੇਵਾਰ ਦੀ, 2010 ਦੀ ਗੱਲ ਹੈ, ਸਾਡੇ ਦੋਸਤ ਸੀ ਉਹਨਾਂ ਦਾ ਕੋਈ ਕੰਮ ਕਰਦੇ ਸੀ, ਪ੍ਰੋਜੈਕਟ ਕੰਮ ਕਰਦੇ ਹੁੰਦੇ ਸੀ। ਉਹ ਸਾਡੇ ਕੋਲ ਬਠਿੰਡੇ ਆ ਗਏ, ਸਾਡੇ ਕੋਲ ਬਠਿੰਡੇ ਠੇਕੇ ਸੀਗੇ, ਕਹਿੰਦਾ ਵੀ ਸਾਡੀ ਬਹੁਤ ਜ਼ਿਆਦਾ ਹਰਾਸ ਲੋਕ ਕਰ ਰਹੇ, ਤੰਗ ਕਰ ਰਹੇ ਨੇ ਵੀ ਸਾਨੂੰ ਆਪਾਂ ਨੇ ਪ੍ਰੋਜੈਕਟ ਲਾਉਣਾ। ਅਸੀਂ ਫਿਰ 5-10 ਬੰਦੇ ਇਕੱਠੇ ਸੀਗੇ, ਅਸੀਂ ਉਸ ਟਾਈਮ 2010 ਦੀ ਗੱਲ ਹੈ, ਉਸ ਟਾਈਮ ਸਰਕਾਰ ਨਹੀਂ ਸੀਗੀ ਅਕਾਲੀ ਦਲ ਦੀ, ਨਾ ਹੀ ਮੈਂ ਕੋਈ ਉੱਦਾਂ, ਨਾ ਮੈਂ ਕੋਈ ਪੋਲੀਟੀਕਲ ਤੌਰ 'ਤੇ ਸੀਗਾ ਕੋਈ। 2000 ਦੀ ਗੱਲ ਹੈ ਅਤੇ ਮੈਂ 6 'ਚ ਬਣਿਆ ਪ੍ਰਧਾਨ। ਅਸੀਂ ਉਹਨਾਂ ਉਦੋਂ 10 ਲੱਖ ਰੁਪਇਆ ਮੈਨੂੰ ਯਾਦ ਆ, ਉਦੋਂ ਅਸੀਂ ਪ੍ਰੋਜੈਕਟ ਲਵਾਤਾ ਉਹ ਬੰਦਿਆਂ ਨੂੰ, ਸਾਡੇ ਦੋਸਤ ਸੀ। ਅਤੇ ਉਦੋਂ ਵੀ ਅਸੀਂ 1 ਨੰਬਰ 'ਚ ਕੰਮ ਕਰਦੇ ਸੀ, ਫਰਮ ਦੇ ਪੈਸੇ ਚੱਕ ਕੇ ਦਿੱਤੇ ਅਤੇ ਕੰਮ ਚੱਲੀ ਗਿਆ। ਹੌਲੀ ਹੌਲੀ ਉਸ ਟਾਈਮ ਡਿਜੀਟਲ ਇੰਡੀਆ ਦਾ ਕੰਮ ਚੱਲ ਪਿਆ, ਡਿਜੀਟਲ ਹੋਣ ਲੱਗ ਗਿਆ ਸਾਰਾ, ਠੀਕ ਹੈ। ਉਦੋਂ ਔਰਕੁੱਟ ਆ ਗਈ ਸੀ, ਔਰਕੁੱਟ ਆ ਗਈ ਸੀ, ਔਰਕੁੱਟ ਨਹੀਂ ਬਈ, ਔਰਕੁੱਟ ਨਹੀਂ, ਭੁੱਲ ਗਏ, ਔਰਕੁੱਟ ਨਹੀਂ ਸੀ ਫੇਸਬੁੱਕ ਤੋਂ ਪਹਿਲਾਂ। ਅੱਛਾ ਅੱਛਾ, ਹਾਂ ਹਾਂ, ਔਰਕੁੱਟ ਆ ਗਈ ਸੀ ਆਪਣੇ ਲਈ, ਡਿਜੀਟਲ ਦਾ ਮਤਲਬ ਇਹ ਵੀ ਸੀ, ਉਹ ਚੱਲ ਪਿਆ। ਅਸੀਂ ਉਹ ਦੌਰ 'ਚ ਕੰਮ ਸ਼ੁਰੂ ਕੀਤਾ ਸੀ ਅਤੇ ਕੀਤਾ ਅਤੇ ਜਿਹੜੀ ਹੁਣ ਕਹਿੰਦੇ ਮਾਫੀਆ ਕਹਿੰਦੇ ਨੇ, ਕੁਛ ਕਹਿੰਦੇ ਨੇ, ਠੇਕੇ ਸੀ, ਘਾਟਾ ਪੈ ਗਿਆ, ਫਿਰ ਸੌਂਹ ਖਾ ਕੇ ਬੰਦ ਕੀਤਾ ਵੀ ਅੱਜ ਤੋਂ ਬਾਅਦ ਕਾਰੋਬਾਰ ਨਹੀਂ ਕਰਨਾ ਸ਼ਰਾਬ ਦਾ, ਠੀਕ ਹੈ। ਫਿਰ ਅਸੀਂ ਪ੍ਰੋਪਰਟੀ ਕੰਮ ਕਰਨ ਲੱਗ ਗਏ, ਪਹਿਲੀ ਪੁੱਡਾ ਦੀ ਕਾਲਜ ਦੀ ਕਲੋਨੀ ਪਟਿਆਲੇ ਕੱਟੀ ਅਸੀਂ, ਠੀਕ ਹੈ। ਯੂਨੀਵਰਸਿਟੀ ਦੀ ਬੈਕ ਸਾਈਡ 'ਤੇ ਫਲੋਲੀ ਨਹੀਂ ਆਪਣਾ, ਉਹਦੇ ਚਨਾਰ ਬਾਗਦਾਂ ਦੀ ਕਲੋਨੀ ਕੱਟ ਵੀ ਡਿਵੈਲਪ, DAV ਸਕੂਲ ਬਣਿਆ, ਬਹੁਤ ਵਧੀਆ ਡਿਵੈਲਪ ਹੋਈ ਆ। ਉਹ ਪਹਿਲੀ ਕਲੋਨੀ ਕੱਟੀ ਅਸੀਂ ਉੱਥੇ, 5 ਲੈਂਡ ਸਾਡੀ ਫਾਰਮ ਆ, ਉਹਦੇ ਵੱਲੋਂ ਕੱਟੀ ਅਸੀਂ ਅਤੇ ਕੰਮ ਸ਼ੁਰੂ ਕੀਤਾ। ਫਿਰ ਆਹ ਕੰਮ ਨਾਲ ਕਰ ਲਿਆ, ਕੰਮ ਨਾਲ ਚੱਲੀ ਗਿਆ। ਫਿਰ ਬ੍ਰੌਡਬੈਂਡ ਦਾ ਕੰਮ, ਬ੍ਰੌਡਬੈਂਡ ਦਾ ਕੰਮ, ਨੈੱਟ ਪਲੱਸ ਬ੍ਰੌਡਬੈਂਡ ਚੱਲਦਾ ਸਾਡਾ, ਪਰ ਸਾਡਾ ਜਿੰਨਾ ਵੀ ਕੰਮ ਆ ਨਾ ਜੀ, ਸਾਰਾ ਮਤਲਬ ਸਾਡੀ ਕੰਪਨੀ ਬੈਸਟ ਟੈਕਸ ਪੇ ਕੰਪਨੀ ਹੈ ਅਤੇ ਜਿੰਨਾ ਵੀ ਕੰਮ ਆ ਸਾਰਾ ਪਾਰਦਰਸ਼ੀ ਢੰਗ ਨਾਲ ਸਰਕਾਰ ਨੂੰ ਟੈਕਸ ਪੇ ਕਰਕੇ ਕਰੀਦਾ। ਜਿਵੇਂ ਸਾਡੇ ਪਿੱਛੇ ਸਿੱਧੂ ਪਿੱਛੇ ਪੈ ਗਿਆ ਸੀਗਾ, ਜੇ ਸਾਡੀ ਕੋਈ ਫਰਜ਼ ਕੋਈ ਕਮੀ ਹੁੰਦੀ ਤਾਂ ਸਾਡਾ ਤਾਂ ਕਾਰੋਬਾਰ ਬੰਦ ਕਰਾਉਂਦੇ, ਪੂਰਾ ਜ਼ੋਰ ਲੱਗਿਆ ਹੁਣ ਵੀ ਲੱਗਿਆ ਰਿਹਾ ਸੀਗਾ, ਪਰ ਨਿਕਲਿਆ ਕੁਛ ਨਹੀਂ ਹੈਗਾ। ਇਹ ਲਫ਼ਜ਼ ਮਾਫੀਆ ਕਹਿ ਲਓ, ਵਪਾਰ ਕਹਿ ਲਓ, ਉਸ ਤਾਂ ਚੰਗੇ ਵਪਾਰੀ ਵਾਂਗੂ ਵਪਾਰ ਕਰਨਾ ਚਾਹੁੰਦੇ ਕਰ ਰਹੇ ਹਾਂ। ਹੁਣ 5 ਸਾਲ ਸਰਕਾਰ ਕਾਂਗਰਸ ਸੀਗੀ, ਕੈਪਟਨ ਨੇ ਵੀ ਜ਼ੋਰ ਲਾ ਕੇ ਦੇਖ ਲਿਆ, ਚੰਨੀ ਨੇ ਜ਼ੋਰ ਲਾ ਕੇ ਦੇਖ ਲਿਆ, ਸਿੱਧੂ ਵੀਰੇ ਸੀਗਾ ਕੈਪਟਨ ਸਾਹਿਬ ਨੂੰ ਤਾਂ ਨਾਲੇ ਹੁਣ ਉਹ ਕਹਿੰਦੇ ਵੀ ਤੁਹਾਡੇ ਨਾਲ ਮਿਲੇ ਹੋਏ ਸੀ। ਨਹੀਂ ਨਹੀਂ, ਕੈਪਟਨ ਕਿੱਥੇ ਮਿਲੇ ਹੁੰਦੇ ਜੀ, ਚਲੋ ਜੇ ਗੱਲ ਸੁਣੋ, ਜੇ ਮਿਲੇ ਸੀ ਤਾਂ ਤੁਹਾਡੇ ਮੁਤਾਬਕ ਤਾਂ ਕਾਰੋਬਾਰ ਤਾਂ ਮੇਰੇ ਮੁਤਾਬਕ ਕੀ, ਮੇਰਾ ਮੁਤਾਬਕ ਤਾਂ ਕੁਝ ਵੀ ਨਹੀਂ ਨਾ, ਇਹ ਤਾਂ ਤੁਹਾਡੇ ਵਿਰੋਧੀਆਂ ਦੇ ਬਿਜ਼ਨਸ ਕਰਨ। ਦੇਖੋ ਜੇ ਮੈਂ ਬਿਜ਼ਨਸ ਨਹੀਂ ਨਾ ਕਰਦਾ ਤਾਂ ਮੈਂ ਲੋਕਾਂ ਜਿਬੋਂ ਤੋਂ ਪੈਸੇ ਕੱਢਦਾ, ਠੱਗੀਆਂ ਮਾਰਦਾ। ਉਹ ਚੰਗਾ ਸੀ ਕਿ ਵਪਾਰ ਕਰਨਾ ਚੰਗਾ, ਵਪਾਰ ਕਰਨਾ ਸਭ ਦਾ ਹੱਕ ਆ, ਤੁਸੀਂ ਵਪਾਰ ਕਰ ਸਕਦੇ, ਮੈਂ ਕਰਦਾ ਵਪਾਰ, ਤੁਸੀਂ ਦੇਖੋ ਵਪਾਰ 'ਚ ਕਿਸ ਨੇ ਇੱਦਾਂ ਕਰ ਰਹੇ ਹੋ। ਨਹੀਂ ਮਤਲਬ ਇਹ 'ਚ ਪਤਾ ਕੀ ਹੈ, ਇਹਦਾ ਵੀ ਇੱਕ ਪੱਖ ਆ, ਹੈ ਨਾ, ਮੈਂ ਇੱਕ ਆਪਦਾ ਪੱਖ ਰੱਖਦਾ। ਮੰਨ ਲਓ ਮੈਂ ਹੁਣ ਇੱਕ ਚੈਨਲ ਰਨ ਕਰਦਾ, ਮੈਨੂੰ ਇਹ ਲੱਗਦਾ ਵੀ ਜਦੋਂ ਮੈਂ ਇੱਕ ਚੈਨਲ ਰਨ ਕਰ ਰਿਹਾ ਉਹ ਤਾਂ ਠੀਕ ਆ, ਪਰ ਜਦੋਂ ਮੈਂ ਸਰਕਾਰੀ ਐਡ ਲੈਂਦਾ ਉਹ ਹਿੱਤਾਂ ਦਾ ਟਕਰਾਅ, ਜਿਹੜੀ ਉਹਦਾ ਟੈਕਸ ਪੇ ਤੈਅ ਕਰਦੀ ਹੈ ਕਿਵੇਂ ਕੰਮ ਕਰਨਾ, ਉਹਦੇ ਅੰਡਰ ਕੰਮ ਕਰ, ਉਹਦੇ ਲਾਇਸੈਂਸੀਆਂ ਅਸੀਂ ਪੰਜਾਬ ਗਵਰਨਮੈਂਟ ਨੂੰ ਲਾਗਾ ਦੇਗਾ ਨਹੀਂ ਹੈ ਉਹ 'ਚ ਕੋਈ ਨਾ। ਹੁਣ ਗੱਲ ਸੁਣੋ, ਹੁਣ ਬ੍ਰੌਡਬੈਂਡ ਦੇ ਵਿੱਚ ਏਅਰਟੈੱਲ ਆ ਗਈ, ਜੀਓ ਆ ਗਿਆ, ਹੈਂਜੀ, ਕਿੰਨੀਆਂ ਕੰਪਨੀਆਂ ਆ ਗਈਆਂ, ਕਨੈਕਟ ਚੱਲ ਰਹੀ ਆ, ਸਾਰਿਆਂ ਨੂੰ ਹੱਕ ਕੰਮ ਕਰਦਾ, ਜਿਹਦਾ ਸਮਾਨ ਵਧੀਆ ਲੋਕ ਲੈਣਗੇ। ਹੁਣ ਅਸੀਂ ਕੋਲੋਨੀ ਪੁੱਡਾ ਦਾ ਕੰਮ ਕਰਦੇ ਹਾਂ, ਕਿੰਨੇ ਬੰਦੇ ਕੰਮ ਕਰ ਰਹੇ ਨੇ, ਸਹੀ ਹੈ, ਕਿਸੇ ਨੂੰ ਹੱਕ ਹੋਆ, ਜੇ ਗਲਤ ਕੰਮ ਕਰੂਗਾ ਆਪੇ ਵੱਲੋਂ ਕਰਨਗੇ ਜੀ, ਜੇ ਅਸੀਂ ਗਲਤ ਕੰਮ ਕਰਾਂਗੇ ਸਾਨੂੰ ਜੋ ਮਰਜ਼ੀ ਕਰ ਸਕਦੇ ਹਾਂ। ਤੁਸੀਂ ਇੱਕ ਪੰਥਕ ਪਾਰਟੀ ਅਕਾਲੀ ਦਲ ਆਪਦੇ ਆਪ ਨੂੰ ਕਲੇਮ ਕਰਤਾ, ਠੀਕ ਹੈ। ਦੂਸਰੇ ਪਾਸੇ ਇੱਕ ਪਰਿਵਾਰ ਜਿਹੜਾ ਇਸ ਵੇਲੇ ਇੱਥੋਂ ਇਲੈਕਸ਼ਨ ਲੜ ਰਿਹਾ ਹੈ ਉਹ ਆ ਗੁਰਚਰਨ ਸਿੰਘ ਟੌੜਾ ਦਾ ਪਰਿਵਾਰ, ਠੀਕ ਹੈ। ਹੁਣ ਜਿਹੜਾ ਇਹ ਪੰਥਕ ਟੈਗ ਆ ਇਹ ਉਹ ਕਹਿੰਦੇ ਕਿ ਸਾਡੇ ਨਾਲ ਵੱਧ ਆ, ਹੁਣ ਭਾਜਪਾ ਵੱਲੋਂ ਉਹ ਇਲੈਕਸ਼ਨ ਦੇ ਵਿੱਚ ਆ, ਇਹ ਹੁਣ ਜਿਹੜੀ ਇਹ ਵੋਟ ਆ ਗਈ ਜਿਹੜੀ ਮੰਨ ਲਓ ਤੁਹਾਡੇ ਏਰੀਏ ਦੀ, ਹੈ ਨਾ, ਜਿਹੜੀ ਜਿਹਨੂੰ ਆਪਾਂ ਕਹਿ ਦਿੰਦੇ ਵੀ ਯਾਰ ਪੰਥਕ ਸੋਚ ਵਾਲੀ ਜਿਹੜੀ ਵੋਟ ਆ,
ਉਹ ਨਹੀਂ ਡਿਵਾਈਡ ਹੋ ਇਹਦੇ ਨਾਲ ਨੁਕਸਾਨ ਨਹੀਂ ਹੋ ਤੁਹਾਨੂੰ ਇਹ ਗੱਲ ਦੇ ਨਾਲ ਜਦੋਂ ਗੁਰਚਰਨ ਸਿੰਘ ਟੌੜਾ ਦਾ ਪਰਿਵਾਰ ਤੁਹਾਡੇ ਅੱਜ ਖਿਲਾਫ਼ ਹੈ ਭਾਵੇਂ ਉਹ ਬੀਜੇਪੀ ਵੱਲੋਂ ਹੀ ਆ ਮਤਲਬ ਠੀਕ ਆ ਉਹਨਾਂ ਦੀ ਚੋਇਸ ਦੇਖੋ ਜਦੋਂ ਗੁਰਚਰਨ ਸਿੰਘ ਟੌੜਾ ਇੱਕ ਸੋਚ ਸੀ ਇੱਕ ਸ਼ਖਸੀਅਤ ਸੀ ਪੰਥ ਰਤਨ ਸੀ ਸਾਡੇ ਬਹੁਤ ਸਤਿਕਾਰਯੋਗ ਆਗੂ ਨੇ ਮੈਂ ਸਮਝਦਾ ਕਿ ਸਾਨੂੰ ਉਹਨਾਂ ਨਾਲ ਕੰਮ ਕਰਨ ਦਾ ਬਹੁਤ ਮੌਕਾ ਪੋਲੀਟੀਕਲ ਤੌਰ 'ਤੇ ਨਹੀਂ ਅਸੀਂ ਐਜ ਏ ਬਾਪੂ ਜੀ ਕਰਕੇ ਉਹਨਾਂ ਨੂੰ ਮਿਲਦੇ ਸੀ ਅੱਛਾ ਤੁਸੀਂ ਮਿਲਦੇ ਰਹੇ ਬਹੁਤ ਮਿਲਦੇ ਰਹੇ ਸਾਡੀ ਯੂਨੀਵਰਸਿਟੀ ਕੰਮ ਕਰਾਉਣਾ ਕਹਿਣਾ ਟੌੜਾ ਸਾਹਿਬ ਬੱਚਿਆਂ ਵਾਂਗੂ ਸਾਨੂੰ ਪਿਆਰ ਕਰਦੇ ਬਾਹਰ ਫੜ ਕੇ ਲੈ ਜਾਂਦੇ ਟੌੜਾ ਸਾਹਿਬ ਨੂੰ ਅਸੀਂ ਅੱਛਾ ਅਤੇ ਟੌੜਾ ਸਾਹਿਬ ਇੱਕ ਸੋਚ ਦੇ ਇੱਕ ਪੰਥਕ ਉਹਨਾਂ ਦੀ ਵਿਜ਼ਨ ਸੀਗਾ ਹਾਂ ਇਹ ਪਰਿਵਾਰ ਅੱਜ ਟੌੜਾ ਸਾਹਿਬ ਸੋਚ ਨੂੰ ਗਹਿਣੇ ਧਰ ਰਿਹਾ ਕਿਵੇਂ ਮਤਲਬ ਟੌੜਾ ਸਾਹਿਬ ਜਿਹੜੀਆਂ ਸ਼ਕਤੀਆਂ ਨਾਲ ਲੜਦੇ ਰਹੇ ਸਾਰੀ ਉਮਰ ਹਾਂ ਪੰਥ ਵਿਰੋਧੀ ਸ਼ਕਤੀ ਲੜਦੇ ਰਹੇ ਅੱਜ ਨਿੱਜੀ ਸਵਾਰਥ ਲਈ ਇਹਨਾਂ ਦੇ ਪਰਿਵਾਰ ਨੇ ਚਾਹੇ ਟੌੜਾ ਸਾਹਿਬ ਦਾ ਨਾਂ ਜਿਨ੍ਹਾਂ ਨਾਲ ਟੌੜਾ ਸਾਹਿਬ ਨੇ ਸਾਰੀ ਉਮਰ ਲੜਾਈ ਲੜੀ ਆ ਚੱਕ ਕੇ ਉਹਨਾਂ ਦੇ ਨਾਲ ਆਪਣੇ ਨਿੱਜੀ ਸਵਾਰਥ ਲਈ ਇਲੈਕਸ਼ਨ ਲੜਨ ਵਾਸਤੇ ਚੱਕ ਕੇ ਟੌੜਾ ਸਾਹਿਬ ਦੀ ਫੋਟੋ ਕਿਹਨਾਂ ਨੇ ਲਾਤੀ ਜਾ ਕੇ ਨਿਗਾਹ ਮਾਰ ਕੇ ਦੇਖੋ ਨਹੀਂ ਪਰ ਉਹੀ ਸ਼ਕਤੀਆਂ ਦੇ ਨਾਲ ਤਾਂ ਤੁਹਾਡਾ 9 ਮਾਸ ਦਾ ਰਿਸ਼ਤਾ ਰਿਹਾ ਕਰ ਨਹੀਂ ਮੈਂ ਟੌੜਾ ਸਾਹਿਬ ਗੱਲ ਕਰ ਰਿਹਾ ਟੌੜਾ ਸਾਹਿਬ ਗੱਲ ਕਰ ਰਿਹਾ ਅੱਛਾ ਟੌੜਾ ਸਾਹਿਬ ਪੰਥਕ ਸੋਚ ਦੇ ਬੰਦੇ ਸੀ ਹਾਂ ਟੌੜਾ ਸਾਹਿਬ ਦੀ ਸੋਚ ਇੱਕ ਪਰਿਵਾਰ ਤੱਕ ਸੀਮਤ ਨਹੀਂ ਹੈ ਹਾਂ ਟੌੜਾ ਸਾਹਿਬ ਲੋਕਾਂ ਦੇ ਲੀਡਰ ਨੇ ਲੋਕਾਂ ਦੀ ਸੋਚ ਆ ਪਰਿਵਾਰ ਤੱਕ ਬੰਨੇ ਨਹੀਂ ਜਾ ਸਕਦੇ ਕੋਈ ਵੱਡੇ ਲੀਡਰ ਵੱਡੇ ਜਿਨ੍ਹਾਂ ਦੇਸ਼ ਨੂੰ ਜਿਹਨਾਂ ਦੇਣ ਹੁੰਦੀ ਆ ਉਹ ਇੱਕ ਪਰਿਵਾਰ ਤੱਕ ਸੀਮਤ ਨਹੀਂ ਰਹਿੰਦੇ ਹੈ ਅਸੀਂ ਟੌੜਾ ਸਾਹਿਬ ਦੇ ਰਿਕਾਰਡ ਕਰਦੇ ਹਾਂ ਹੁਣ ਵੀ ਕਰਦੇ ਹਾਂ ਕਰਦੇ ਰਹਾਂਗੇ ਜਦ ਤੱਕ ਅਸੀਂ ਹੈਗੇ ਹਾਂ ਕਾਰਨ ਕਿ ਉਹਨੇ ਸਿੱਖ ਕੌਮ ਨੂੰ ਵੱਡੀ ਵੱਡੀ ਦੇਣ ਦਿੱਤੀ ਉਹਨਾਂ ਨੇ ਸੋ ਇਸ ਕਰਕੇ ਮੈਂ ਸਮਝਦਾ ਕਿ ਸਾਡੇ ਹਲਕੇ ਦੇ ਜਿੰਨੇ ਟੌੜਾ ਸਾਹਿਬ ਸਮਰਥਕ ਨੇ ਜਿੰਨੇ ਕੈਪਟਨ ਸਾਹਿਬ ਦੇ ਸਮਰਥਨ ਨੇ ਉਹ ਸਾਰੇ ਸਾਡੇ ਨਾਲ ਚੱਲ ਰਹੇ ਨੇ ਉਹਨਾਂ ਦੀ ਕਿਉਂ ਸਾਰੀ ਟੌੜਾ ਸਾਹਿਬ ਦੀ ਜਿੰਨੀ ਟੀਮ ਆ ਉਹ ਸਾਰੀ ਸ਼੍ਰੋਮਣੀ ਕੈਪਟਨ ਸਾਹਿਬ ਤੋਂ ਮਤਲਬ ਕੈਪਟਨ ਕਮਲ ਕੈਪਟਨ ਕਮਲ ਦੀ ਆ ਪਿੰਡ ਸਾਡੇ ਉਰੀ ਆ ਜੀ ਆ ਸਲਾਣੇ ਨਾਲ ਹੀ ਪਿੰਡ ਆ ਸਾਡੇ ਕੈਪਟਨ ਸਾਹਿਬ ਦਾ ਉਹਨਾਂ ਦਾ ਪਰਿਵਾਰ ਉਹਨਾਂ ਦੇ ਵਿੱਚ ਸਾਡੇ ਯੂਥ ਦੇ ਵਿੱਚੋਂ ਮੁੰਡਾ ਜਨਰਲ ਸੈਕਟਰੀ ਆ ਬੇਅੰਤ ਉਹਨਾਂ ਦਾ ਰਾਕੇਸ਼ਰ ਸਿੰਘ ਦੀ ਸਚਗਿੰਦਰ ਸਿੰਘ ਦੀ ਉਹਨਾਂ ਦੀ ਜਿਹੜੀ ਨੂੰਹ ਸੀ ਮੈਂ ਤਾਂ ਸੋਚਦਾ ਰਿਹਾ ਕਿ ਉਹਨਾਂ ਦਾ ਤਾਂ ਜਿੱਧਰ ਏਰੀਆ ਮੈਂ ਕਿਤੇ ਉਧਰ ਹੋ ਪਿੰਡ ਕੈਪਟਨ ਸਾਹਿਬ ਦੀ ਜਿਹੜੀ ਨੂੰਹ ਸੀ ਪੋਤ ਨੂੰ ਕਹਿ ਸਕਦੇ ਨੂੰ ਕਹਿ ਸਕਦੇ ਹੋ ਮੈਂ ਆਂਟੀ ਸਾਡੇ ਉਹ ਜ਼ਿਲ੍ਹਾ ਯੋਜਨਾ ਜ਼ਿਲ੍ਹਾ ਦੇ ਬਲਾਕ ਸੰਘ ਦੇ ਚੇਅਰਪਰਸਨ ਨੇ ਉਹ ਅਕਾਲੀ ਦਲ ਵੱਲੋਂ ਅਤੇ ਅੱਜ ਪਰਿਵਾਰ ਪੰਥਕ ਆ ਉਹ ਅਕਾਲੀ ਦਲ ਦੇ ਨਾਲ ਆ ਉਹ ਇੱਦਾਂ ਕਦੇ ਆਮ ਆਦਮੀ ਪਾਰਟੀ ਚਲੇ ਗਏ ਟੌੜਾ ਸਾਹਿਬ ਨਾਲ ਲੈ ਕੇ ਕਦੇ ਬੀਜੇਪੀ ਚਲੇ ਗਏ ਨਾਲ ਲੈ ਕੇ ਪਰ ਤੁਸੀਂ ਨੋਟ ਕਰੋ ਇੱਕ ਵੀ ਸਾਡੇ ਹਲਕੇ 'ਚੋਂ ਬੰਦਾ ਉਹਦੇ ਨਾਲ ਨਹੀਂ ਗਿਆ ਹੈਗਾ ਉਹ ਪਾਰਟੀ ਨਾਲ ਜਿਹਨੇ ਸਾਡੇ ਕਾਲੇ ਕਾਨੂੰਨ ਪਾਸ ਕੀਤੇ 700 ਸਾਡਾ ਬੰਦਾ ਸ਼ਹੀਦ ਹੋ ਗਿਆ ਉੱਥੇ ਦਿੱਲੀ ਦੇ ਵਿੱਚ ਅਤੇ ਉਹ ਪਾਰਟੀ ਕਿਸ ਮੂੰਹ ਨਾਲ ਵੋਟ ਮੰਗਦੇ ਕਿਸ ਮੂੰਹ ਨਾਲ ਜਾ ਰਹੇ ਨੇ ਇਹ ਕਿੱਥੇ ਪੰਥ ਸੋਚ ਹੈ ਟੌੜਾ ਸਾਹਿਬ ਦੀ ਸੋਚ ਨੂੰ ਸੀਮਤ ਨਹੀਂ ਕਰਨਾ ਚਾਹੀਦਾ ਉਹ ਇੱਕ ਵੱਡੇ ਸੋਚ ਅਤੇ ਵੱਡੀ ਇੱਕ ਦੂਰਦਰਸ਼ੀ ਵਾਲੇ ਲੀਡਰ ਸੀਗੇ ਉਹ ਅੱਜ ਵੀ ਸਤਿਕਾਰ ਕਰਦੇ ਲੋਕ ਸਾਰੇ ਸਤਿਕਾਰ ਕਰ ਰਹੇ ਨੇ ਉਹਨਾਂ ਨੇ ਪਰਿਵਾਰ ਨੂੰ ਰੋਕ ਕੇ ਕਹਿ ਰਹੇ ਨੇ ਵੀ ਤੁਸੀਂ ਆਹ ਕੰਮ ਕੀ ਕੀਤਾ ਟੌੜਾ ਸਾਹਿਬ ਨਾਮ ਤੋਂ ਕਲੰਕ ਲਾ ਰਹੇ ਹੋ ਗਲਤ ਕੀਤਾ ਉਹਨਾਂ ਨੇ ਇਹ ਉਹਨਾਂ ਦੀ ਸੋਚ ਤਾਂ ਕਿਤੇ ਵੀ ਜਾ ਸਕਦੇ ਨੇ ਸਾਡੇ ਸਤਿਕਾਰਯੋਗ ਨੇ ਮੈਂ ਨਹੀਂ ਕਹਿੰਦਾ ਉਹ ਪਰ ਇਹ ਚੀਜ਼ ਤੁਸੀਂ ਨਾਲ ਟੌੜਾ ਸਾਹਿਬ ਨੂੰ ਰਲਾ ਕੇ ਨਹੀਂ ਦੇਖ ਸਕਦੇ ਹੋ ਬਟ ਲੋਕ ਕੀ ਡਿਫਰ ਕਰਨਗੇ ਦੇਖੋ ਰਿਜ਼ਲਟ ਸਾਹਮਣੇ ਆਜੂਗਾ ਉਹ ਤਾਂ ਸਾਰਾ ਸਾਹਮਣੇ ਆਜੂਗਾ ਤੁਹਾਨੂੰ ਕੀ ਲੱਗਦਾ ਨਹੀਂ ਲੋਕ ਕੋਈ ਸਰ ਤੇ ਦੂਜੇ ਪਾਸੇ ਟੱਕਰ ਆਮ ਆਦਮੀ ਪਾਰਟੀ ਵੀ ਇਸ ਵਾਰੀ ਕਲੇਮ ਕਰਦੀ ਹੈ ਪੰਜਾਬ 'ਚ ਪਿਛਲੀ ਵਾਰ ਚਲੋ ਵੀ ਕਰਦੇ ਸੀ ਪਰ ਇਸ ਵਾਰ ਉਹਨਾਂ ਦਾ ਕਹਿਣਾ ਕਿ ਜ਼ਿਆਦਾ ਅਸੀਂ ਸੋਲਿਡ ਹਾਂ ਪਹਿਲਾਂ ਨੂੰ ਜ਼ਮੀਨ ਦੇ ਉੱਤੇ ਉਹ ਫੈਕਟਰ ਕਿਵੇਂ ਰਹੂ ਕਿਉਂਕਿ ਅਕਾਲੀ ਦਲ ਕਿੱਥੇ ਵਧੀਆ ਕਰਦਾ ਅਕਾਲੀ ਦਲ ਨਾ ਪੇਂਡੂ ਖੇਤਰਾਂ 'ਚ ਵਧੀਆ ਕਰਦਾ ਟ੍ਰੈਡੀਸ਼ਨਲੀ ਹੈ ਨਾ ਹੁਣ ਆਮ ਆਦਮੀ ਪਾਰਟੀ ਕਿੱਥੇ ਵਧੀਆ ਕਰਦੀ ਆ ਆਮ ਆਦਮੀ ਪਾਰਟੀ ਵੀ ਉਹਨਾਂ ਖੇਤਰਾਂ 'ਚ ਕਰਦੀ ਹੁਣ ਮੈਨੂੰ ਇਹ ਨਹੀਂ ਪਤਾ ਵੀ ਤੁਹਾਡੇ ਖੇਤਰ ਦੀ ਰੇਸ਼ੋ ਕੀ ਆ ਪੇਂਡੂ ਸ਼ਹਿਰੀ ਦੀ ਕਿਵੇਂ ਆ ਉਹ ਸਾਡੇ 60,000 ਵੋਟ 60-62,000 ਵੋਟ ਦਾ ਸ਼ਹਿਰੀ ਆ ਅੱਛਾ ਅਤੇ ਬਾਕੀ ਤਕਰੀਬਨ 1,00,000 ਦੇ ਕਰੀਬ ਸਾਡੀ 90,000 ਵੋਟ ਸਾਡੀ ਪਿੰਡ ਪਿੰਡ ਦੀ ਹਾਂ ਤਾਂ ਉਹ ਵੀ ਉੱਥੇ ਹੀ ਆਪਦਾ ਦਾਅਵਾ ਕਰਦੇ ਆ ਤੁਹਾਨੂੰ ਨਹੀਂ ਲੱਗਦਾ ਉਹ ਤੁਹਾਡਾ ਇਸ ਵਾਰ ਆਮ ਆਦਮੀ ਪਾਰਟੀ ਕੋਈ ਚਮਤਕਾਰ ਕਰ ਸਕਦੀ ਹੈ ਸੀਗੇ ਦੇਖੋ ਇੱਥੇ ਹਰਿੰਦਰ ਖਾਲਸਾ ਮੈਂਬਰ ਪਾਰਲੀਮੈਂਟ ਬਣਿਆ ਸੀਗਾ ਹਰਿੰਦਰ ਖਾਲਸਾ ਇੰਨਾ ਲੱਕੀ ਬੰਦਾ ਕਹਿ ਸਕਦਾ ਮੈਂ ਉਹਦਾ 1 ਰੁਪਿਆ ਲੱਗਿਆ ਮੈਂਬਰ ਪਾਰਲੀਮੈਂਟ ਬੂਥ ਤੱਕ ਨਹੀਂ ਲੱਗੇ ਸੀ ਉਹਦੇ ਹਰਿੰਦਰ ਖਾਲਸੇ ਦੇ ਸਾਡੇ ਬੂਥ ਨਹੀਂ ਲੱਗੇ ਸੀ ਪਿੰਡਾਂ 'ਚ ਉਰੇ ਅੱਛਾ ਲੋਕਾਂ ਨੇ ਨਵੀਂ ਪਾਰਟੀ ਕੇ ਜਿਤਾਤਾ ਉਹਨੂੰ ਜਿੱਤ ਗਿਆ ਦੂਜੀਆਂ ਪਾਰਟੀਆਂ ਰਹਿ ਗਈਆਂ ਬੂਥ ਲੱਗੇ ਨਹੀਂ ਹੈ ਬਿਨਾਂ ਬੂਥ ਤੋਂ ਬੂਟਾ ਪਈਆਂ ਉਹਨੂੰ ਉਹ ਤਾਂ ਜਦੋਂ ਰਿਜ਼ਲਟ ਆ ਰਿਹਾ ਡੀਸੀ ਦਾ ਫੋਨ ਗਿਆ ਫਤਿਹਗੜ੍ਹ ਸਾਹਿਬ ਦਾ ਵੀ ਤੁਸੀਂ ਜਿੱਤ ਰਹੇ ਤੁਸੀਂ ਆ ਜਾਓ ਹਾਂ ਉਹ ਤਾਂ ਪਤਾ ਨਹੀਂ ਮੈਂ ਜਿੱਤ ਰਹੇ ਹਾਂ ਜਿੱਤ ਗਿਆ ਉਹ ਅਤੇ ਅੱਜ ਤੱਕ ਕਿਸੇ ਇੱਕ ਇੱਕ ਪਿੰਡ ਕੀ ਇੱਕ ਸ਼ਹਿਰ 'ਚ ਧੰਨਵਾਦ ਕਰਨ ਵਾਸਤੇ ਨਹੀਂ ਅੱਜ ਤੱਕ ਆਇਆ ਉੱਥੇ ਹਰਿੰਦਰ ਖਾਲਸਾ ਫਿਰ ਪੰਜਾਬ ਦਾ ਉਹ MP ਆ ਜਿਹਦੀ ਗ੍ਰਾਂਟ 5 ਕਰੋੜ ਰੁਪਏ ਮਿਲਦੀ ਹੈ ਸਾਲ ਦੀ ਅਤੇ 2.5 ਕਰੋੜ ਰੁਪਏ ਗ੍ਰਾਂਟ ਉਹਦੀ ਵਾਪਸ ਚਲੇਗੀ ਮੈਂ ਨਹੀਂ ਪਾਰਲੀਮੈਂਟ ਸ਼ਹਿਰ ਦਾ ਰਿਕਾਰਡ ਕਹਿ ਰਿਹਾ 2.5 ਕਰੋੜ ਗ੍ਰਾਂਟ ਵਾਪਸ ਮੁੜ ਕੇ ਵੰਡ ਨਹੀਂ ਸਕਿਆ ਉਹ ਆਪਦੇ
20 एम एल ए बनाए पंजाब के लोगों ने आ 12 दिन भज गए मेरे ख्याल उम्मीदवार भज गए है जी। गल करते कहते आम पार्टी को टिकटा देवे असं जे चेहड़ी वाले हो गए दुकानदार हो गए है जी जे फाउंडर मैंबर ने आम आदमी पार्टी के हूँ हो की रहा कुलवंत सिंह दसो कोई रेहड़ी लाता कुलवंत सिंह जनता वाले प्रमोटर का मालिक आ पटियाले साडा मेयर हो गया तो होर जो बंदे देखो कि रौला टिकटा कि रौला पै रहा। फिर गुरप्रीत भट्टी आ गया मैनू वोट पई 37-38 हज़ार वोट पई सी अच्छा गुरप्रीत भट्टी 26-27 हज़ार वोट पई सी हाँ। जिदन रिजल्ट आ गया वोटा पै गई सॉरी वोटा पैण तो बाद जो टैलीफोन नंबर उन्हें डिस्पले किया नंबर बंद करता अज तक गुरप्रीत सिंह भट्टी साढ़े हल्के से एक भी 5 साल तो खबर लगी दिखा दो किसी के हक च आया होने गया होते दुख सुख से आया हो किसी आम आदमी पार्टी के हक नारा मारिया कोई अज तक आया नहीं है। फिर दूजा हारन तो बाद फिर की किया मैं दस दी दूजा हूँ जो थोड़ा इंग्लैंड पढ़िया एक नवा फटा कैंडीडेट आ गया उन्हें मैं इंग्लैंड तो पढ़ के आया मैं खबर सुन रहा सी वो कितने वीडियो पाई हुई सी कहता मैं दरिया बिछा के झाड़ पोस्टर लागू तक पहुंचे हाँ। मैं क्या यार ऑक्सफोर्ड में दरी तो बिछदी नहीं है साडे स्कूल साडे वेले भी डेस्क बेंच आ गए थे जिते गल यह है देखो इलेक्शन के दौरान बड़े बंदे आते हैं 2-4 महीने आए अपनी किस्मत जमा के देखिया तुक्का लग गया ठीक है तो मुड़ के कौन आता उरे जी। मैं पिछले 15 साल तो मैं 12 के बच्चे उरे हल्के जो मैं चेयरमैन बनया हाँ। पहला शीशवाड़ी पटियाले रैली हुई है साढ़िया उदो 70 बसा गए एस ओ दिया उदो जो पटियाले दान मंडी रैली की असं ठीक है इस हल्के चो इस हल्के चो 70 बसा गई पढ़ा हाँ। यूथ का प्यार हाँ। तो कम शुरू किया मैं कहीं कम छेडे ही नहीं है 12 के मैं पहला 9 च मैं चेयरमैन लग्या जिते मैं पंजाब की सेवा की हल्के पिंड जिम आ जिम का समान खेड का समान साडा एक ट्रस्ट बनाया हुआ गुरशीस चैरिटेबल ट्रस्ट बनाया अखा के लैंस पवाने मैडिकल कैंप लवाने गुरु गुरु घर भांडे देने प्लांटेशन कराने व्डे पद्धर से असी गर्व करते रहे हाँ। दुख तकलीफा नाल खड़ना फिर 17 में टिकट मिल गई 5 साल काम कर छड़िया नहीं कहते मैं टिकट मिली तो असी 3600 वोट से हर गए जिदन रिजल्ट आया हाँ। देखो मैं ये सोचता हूँ सी मैं तो आम परिवार चो हाँ साढ़े घर कोई लीडर हों ना तो साडा परिवार कहना जी तो जित के आए तक बढ़िया तक नहीं यार हाँ। नलायक बंदा आया नहीं आम अक्सर गल करते हाँ भी जित के नहीं आया कद यार मैं सोचता सगा भी मैं गल कि तू कहानी नहीं है रिजल्ट आप हार गए हाँ। असी भरोसा साहब मत्था माता गुजरी कॉलेज काउंटिंग हो रही थी हाँ। भरोसा साहब मत्था टेकन चले गए मैंने किसी पत्रकार का फोन आया कहना बई इलेक्शन जित गए मैं कहीं हार गए कहना मत्था टेकन क्यों जा रहे हो मैं क्या यार असं गुरु साहब का शुकराना कर चले हाँ भी ये तो आम बंदे हैं एडे एडे ढूठा बंदे कहते कहते बंदे ने जिद बाप जो कहते साडे राजा ने मुंडे असी साडे बाप दादे मने मंत्री रहे ने वो जम्मे ही काके रदीप वर्गे मूँह च सोने चमचे दुद्ध पीने वाले बंदे से उन्होंने लड़ी लड़ी असी हाँ तो 2000 वोटों से हरे हाँ फिर क्यों होंगे ये बता मतलब अच्छा थोड़ा इन्ना ही मार्जिन वाला ही सी हां 3600 वोट दे रहे 37 ते अच्छा ते मैं फिर उस दिन शाम नूं रे आया हां शाम नूं रे आया ते मैनूं बस बंदे बड़े उदास सी रो रहे सी बेचारे मैं उन्हूं कहा कोई गल नहीं यार बंदे असी आपां नूं स्पोर्ट्समैनशिप चाहिए आपां की आपां लड़े हां आपां बड़ी चलो जित हार तां हुंदी है दो भलवान लड़नगे जित्तू ते खारू तां ही है ना ओह तां ही ते पुइंटां ते हरे आ कोई गल नहीं आपां अगली बार सही ते असीं मैनू बड़े बाल साहब फोन आया अननोन नंबर तो आई जब मैं चक्या नहीं मैं देखिया मैं चक लिया फोन मैं कहते भी बड़े बाल साहब ने गल करनी है थोड़े नाल हाँ। मैं लगे भी कोई मजाक करता हाँ। क्योंकि साडा राबता ज़्यादा सा सुखबीर सिंह बादल हाँ। मजीठिया साहब ने ज़्यादा राबता साडा तो मैं क्या चलो गल की मैंने कहा काका भी तू हौसला नहीं हारना हाँ। भी पहला मैंने कहा तू पैसे पूसे देते इलेक्शन के मैं जी पैसे तो असं देते उदर ने देते सारे मैं इलेक्शन तो एक दिन पहला सारा हिसाब करता से इलेक्शन के पैसे मतलब खर्चे के पैसे अच्छा जेडे कोई कोई बरती दी है जेडे बरते आप रोटी पानी जो खर्चे होंगे अपना मैं कहीं मैं करता तो मैं कहते भी काका तो हौसला नहीं हारना भी तेरी बड़ी बड़ी लंबी उम्र है सुखबीर बादल ने बहुत अगे जाना तो तैं भी बहुत अगे जाना तू घबराना नहीं है मैं कहा ठीक है जी सवेरे मैं फिर उस नंबर तो फोन आया कहते कितने हाँ मैं मैं दफ्तर हाँ बड़े खुश हुए कहते यार बहुत चंगी गल कोई दुख सुख छड़ना नहीं कहते मैं कहा ठीक है बाल साहब मतलब मैं पहले तो फैसला किया भी जे मैं 37-38 हज़ार वोट लोगों ने मेरे विश्वास किया 2000 वोट तो हार गए ना आप मैं उल्ट सोचे लोगों ने 2000 वोट ने हराता मैं क्या भी मैं 37-38 हज़ार वोट पै गई मैं भी मैं 37-38 हज़ार बंदे का विश्वासघात नहीं कर सकता
उन्हें मेरे विश्वास किया, मैं जित हार नहीं है, जित मैं हार गया मेरे भाग ने, पर मैं उन्होंने उस दिन फैसला किया भौरा साहब खड़ के भी मैं हल्के तो बहर नहीं आना है। रिकवरी हो जू तुम लगता है? हाँ रिकवरी होगी। देखो गल है लोग समझते हैं सियाने ने इस गल देखो एक जो इतने आप कोई स्पष्ट लहर है कि देखो हर पार्टी क्लेम करूगी है ना भी यार असी जित रहे हैं, पर मैनू तो ये लगता भी ये कैंडीडेट दे इलेक्शन है। बिल्कुल सही गल, जिथे कैंडीडेट जिहड़ा भी किसी भी पार्टी का जो वधिया वो चंगा मजबूत है वो जित रहा लगता। देखो मैं दसदा पिछली बारी एंटी इनकमबेंसी ला लो कुछ हो जाता फल सरकार का, हूँ भी तुम देखो जी वोट पै रही है। कारण यह है भी लोग समझते हैं मैं सरकार भी रही है सरकार तो बिना भी रहे हैं, मतलब कोई बंदा आया मैं नहीं पुछ पूछा तू कि पार्टी से संबंधित कौन है यार दस काम की मैं तेरा की कम कर सकता जिनी मेरी हैसियत है जो मैं कर सकता सी जो सरकार से असी संगत दर्शन कराए उन्हें 250 करोड़ रुपया मेरे हथों वंडिया गया। असी अज तक किसी नगर कौंसल ने नहीं पूछा भी तेरा कौंसल कांग्रसी आ अकाली आ पिंड की पंचायत अकाली आ कांग्रसी आ डिवेलपमेंट बस पैसे। हाँ एक गल जरूर सी जिते कोई कांग्रेस के बंदे होंगे कहते यार तू साडे अकाली दल के बंदे नाल लैके संगत दर्शन आ जाओ यार किन्ने पैसे चाहिए दसो जिन्ने पैसे मंगे उन्हें पैसे दते ठीक है पक्षपात तो बिना ऑन मैरिट काम कराया। कोई ये बंदा नहीं कह सकता किस तो चाह के कुटे रवादार भी हुई है जब मेरा राष्ट्रीय जीवन शुरू होया यूनिवर्सिटी तो लैके यू डिवेलपमेंट के चेयरमैन तो लैके असी अज तक कदे मैं समझता कि हाँ गुरु की कृपा बहुत रही है असी अपने तौर पर जो मर्जी कर लिए काम करते हैं कुछ कुछ ना संगा ना कोई साढ़ा हक का काम करना बिल्कुल करते हैं। पर असी मतलब मैं तुम मेरे हल्के पता करके देखो 10-15 साल मैं अज तक किसी अपने सरपंच किसी आगू साहबान यूथ किसी यही नहीं कहा भी मेरे 2 बोर्डे लवा दो यार मैं नहीं अज तक रखा। तो इस करके दुख सुख जाने आने लोड़ पैण तो खड़ी दे नाल धक्का हों थोक के पहरा दी कांग्रेस जिहड़ा भी भजा के रखी था ना किसी अफसर तंग किया नजायज तो ना ही लोगों तंग करना अफसर से छड़िया करे साढ़े कागजा तो किए सूरे ना ना नगर कौंसल बलो दे अच्छा लोगों ने घेर घूर लिया खासा एस डी एम न मतलब गल यह है असी देखो लोग सब तो की उम्मीद करते हैं लोग अपने सरपंच तो MC तो MLA सरकार तो की उम्मीद करते हैं भी असं जाइए साडा काम कर मिले दफ्तर बंदे मिलन सारा दुख सुख करना तो लोगों का काम का की होंगे तुम मिलते हो ना जी तो सुन के अद्धे बंदे तसली होते काम सुनाता सी। बिल्कुल सही पर एक ना बई मैनू उम्मीद आ कि तुसी इमानदारी नाल जवाब दोगे जिस तरह का माहौल आ तुसी कहा भी जिहड़े साडे सब तो वधिया ब्रेन वो बाहर जा रहे हैं चलो कुछ इधर भी होणगे वधिया की तुम लगता भी पंजाब दे विच किस पोलिटिकल पार्टी चाहे किसी की भी सरकार आ जाए कोई पंजाब दे विच अजिहा सॉलिड प्लान लागू किया जा सकता भी यार असी जो दिमाग आ साडे उन्होंने रख लगे इधर जिहड़े मतलब हर साल मतलब लैणा लगियां पईआं जे कनेडा है ना भी इंज लगता भी किरां कोई खोल दे थोड़ा जिहा चिर है ना भी यार आ जाओ जिन्हें आना तो पंजाब च फिर बैंडरियां चक के भी भालने पै सकदे आ बंदे दा है ना। देखो ये सरकारां चलो जिवें किसी दी भी होवे मैं तो ओवरऑल देखो गल पता की आ सरकारां नूं चाहीदा स्किल डिवेलपमेंट वध तों वध लैणी चाहीदी आ नौकरी रुजगार दे साधन वध तों पैदा करने चाहीदे ने नौजवानां नूं एक अपने होर बड़ी दिक्कत आ गई अपने हाथी काम करके कोई राजी नहीं है बाहर भावें जाके बंदा जो मर्जी काम कर ले हाथी काम करके राजी नहीं है कोई बंदा। बाकी दूजी गल है एक दौर भी चल रहा तुम किसी बच्चे पूछते की करना हजे उन्हें कहना फ्यूचर अपना उरे पढ़े ने उरे अपना कैरियर चुनिया नहीं कोई सिलेक्शन नहीं की हैगी कितने उन्हें जॉब लिए अपलाई कंपीटीशन लड़िया नहीं कोई है जी तो पुछो कनेडा जाना ਪਤਾ ਮੇਰੇ ਨਾਲ ਵੀ ਹੋਇਆ ਰੀਸ ਚੱਲ ਰਹੀ ਆ ਰੀਸ ਕਲਾਸਾਂ ਨੇ ਕਲਾਸਾਂ ਬਾਹਰ ਮੈਂ ਇੱਕ ਮੇਰਾ ਦੋਸਤ ਆ ਉਹਦੇ ਬੇਟੇ ਨੇ ਪੁੱਛਿਆ ਉਹਦਾ ਨਾਮ ਅਰਜਨ ਮੁੰਡਾ ਪਟਿਆਲੇ ਨੂੰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਭਤੀਜ ਤੂੰ ਬਾਹਰ ਚੱਲਿਆ ਕਹਿੰਦਾ ਚਾਚੂ ਮੇਰੀ ਸਾਰੀ ਕਲਾਸ ਬਾਹਰ ਚੱਲੀ ਮੈਂ ਵੀ ਬਾਹਰ ਚੱਲਿਆ ਕਹਿੰਦਾ ਮੈਂ ਕਿਹਾ ਤੂੰ ਉਰੇ ਉਰੇ ਕਰ ਨਹੀਂ ਕਹਿੰਦਾ ਮੈਂ ਤਾਂ ਬਾਹਰ ਜਾਣਾ ਕਨੇਡਾ ਜੀ ਨਾ ਮੇਰੇ ਨਾਲ ਵੀ ਹੋਇਆ ਮੈਂ ਟੱਪਿਆ ਜਾਂਦਾ ਸੀ ਮੈਂ ਕਿਸੇ ਮੁੰਡੇ ਨੂੰ ਪੁੱਛਿਆ ਮੈਂ ਬਾਈ ਕਿਵੇਂ ਆ ਕਹਿੰਦਾ ਠੀਕ ਆ ਮੈਂ ਇੱਥੇ ਖੜਾ ਕਹਿੰਦਾ ਬਾਈ ਉਹ ਖੜ ਗਿਆ ਮੈਂ ਕੀ ਕਰਦਾ ਕਹਿੰਦਾ ਵਿਹਲਾ ਅੱਜ ਮੈਂ ਨਾ ਬਠਿੰਡੇ ਵਾਲੇ ਹੈ ਨਾ ਸਾਡੇ ਥੋੜ੍ਹਾ ਐਂ ਥੋੜ੍ਹਾ ਉਹ ਗੱਲ 'ਚ ਐਂ ਵੀ ਲੱਗੂ ਵੀ ਯਾਰ ਰੁੱਖ ਆ ਜਾਂਦਾ ਹੈ ਨਾ ਪਰ ਉਹ ਨਾਰਮਲ ਆ ਹਾਂ ਥੋੜ੍ਹਾ ਬੈੜਾ ਬੋਲਣਾ ਜਾਇਜ਼ ਆ ਮੈਂ ਕੀ ਕਰਦਾ ਹਾਂ ਵੀ ਖੜਾ ਕਹਿੰਦਾ ਵੀ ਤੇ
ਮੈਂ ਵੀ ਕੀ ਕਰਦਾ ਹੁਣ ਕਹਿੰਦਾ ਬਈ ਬਿੱਲ ਆ ਤੈਨੂੰ ਪਤਾ ਹੀ ਆ ਕਹਿੰਦਾ ਪੰਜਾਬ 'ਚ ਕੀ ਆ ਤੇ ਮੈਂ ਕਿਹਾ ਯਾਰ ਮੈਂ ਤੈਨੂੰ ਕੰਮ ਹੀ ਦੇ ਦਿੰਦਾ ਸਾਡੇ ਕੋਲ ਚੈਨਲ ਦੇ ਵਿੱਚ ਹਨਾ ਕੋਈ ਨਾ ਕੋਈ ਕੰਮ ਹੁੰਦਾ ਹੀ ਆ ਕਹਿੰਦਾ ਨਹੀਂ ਯਾਰ ਕਨੇਡਾ ਜਾ ਕੀ ਕਰੂੰਗਾ ਚੱਲ ਠੀਕ ਆ ਭਾਜੀ ਬਹੁਤ ਇਹੋ ਜਿਹੇ ਬੰਦੇ ਨੇ ਸਾਡੇ ਜਾਣਦੇ ਆ ਜਿਨ੍ਹਾਂ ਨੇ ਇੰਡੀਆ 'ਚ ਪੰਜਾਬ 'ਚ ਕੰਮ ਹੀ ਨਹੀਂ ਕੀਤਾ ਇਹ ਪਰ ਕਮੀ ਕਿੱਥੇ ਰਹਿ ਰਹੀ ਆ ਕੋਈ ਮਤਲਬ ਪੰਜਾਬ 'ਚ ਜਿਹੜੀ ਡਿਵੈਲਪਮੈਂਟ ਆ ਹਨਾ ਉਹ ਉਸ ਦੇ ਸਾਰੇ 'ਚ ਔਰ ਮੈਂ ਸੱਚੀ ਜੇ ਪੁੱਛਾਂ ਹਨਾ ਤੁਹਾਨੂੰ ਕਹਾਂ ਵੀ ਮੈਂ ਕੋਈ ਇਕੱਲਾ ਕੋਈ ਨਹੀਂ ਇਕੱਲਾ ਕੋਈ ਪਾਰਟੀ ਲੈਵਲ 'ਤੇ ਸਵਾਲ ਤੁਹਾਨੂੰ ਕਹਿ ਰਿਹਾ ਇਨ ਜਨਰਲ ਵੀ ਜਿਵੇਂ ਕੋਈ ਬੰਦੇ ਤੋਂ ਸੰਜੀਦਾ ਡਿਸਕਸ਼ਨ 'ਚ ਮੈਨੂੰ ਲੱਗਿਆ ਹੋਵੇ ਵੀ ਯਾਰ ਇਹ ਬੰਦਾ ਵੀ ਕੋਈ ਸੋਚਦਾ ਹਨਾ ਤਾਂ ਉਹਨੂੰ ਮੈਂ ਪੁੱਛ ਲਾਂ ਕਿਉਂਕਿ ਮੈਨੂੰ ਤਾਂ ਕੁਛ ਨਹੀਂ ਸੋਚਦਾ ਮੈਨੂੰ ਤਾਂ ਦੇਖੋ ਦੇਖੋ ਨਹੀਂ ਦੇਖੋ ਇਹ ਗੱਲ ਨਹੀਂ ਹੈਗੀ ਹਾਂ ਦੇਖੋ ਪਿਛਲੀ 10 ਸਾਲ ਦੇ ਵਿੱਚ ਅਸੀਂ ਘਰ ਘਰ ਨੌਕਰੀ ਦਾ ਵਾਅਦਾ ਨਹੀਂ ਕੀਤਾ ਪਰ ਪਿਛਲੇ 10 ਸਾਲ ਦੇ ਵਿੱਚ ਜੋ ਸਾਡੇ ਯੂਥ ਡਿਵੈਲਪ ਬੋਰਡ ਦੀ ਪ੍ਰਪੋਜ਼ਲ ਸੀਗੀ ਉਹਦੇ ਵਿੱਚ 3 ਲੱਖ ਤੋਂ ਵੱਧ ਨੌਜਵਾਨ ਦੀ ਭਰਤੀ ਹੋਈ ਆ ਬਿਲਕੁਲ ਔਨ ਮੈਟ ਹੋਈ ਆ ਪੁਲਿਸ ਦੀ ਭਰਤੀ ਹੋਈ ਟੀਚਰ 50-60 ਭਰਤੀ ਹੋ ਗਏ ਤੁਹਾਡੇ ਕਲੈਰੀਕਲ ਜੋਬ ਦੇ ਵਿੱਚ ਬੰਦੇ ਨੂੰ ਉਹ ਬੰਦੇ ਨੂੰ ਬੜਾ ਬੜਾ ਮੌਕਾ ਮਿਲਿਆ ਮੇਰੇ ਕੋਲ ਇੱਕ ਪਰਿਵਾਰ ਆਇਆ ਉਹ ਕਹਿੰਦੇ ਵੀ ਸਾਡੇ ਬੱਚੇ ਨੂੰ ਯੂਨੀਵਰਸਿਟੀ ਪੀਅਨ ਲਵਾ ਦਿਉ ਜਾਂ ਕਿਤੇ ਜੋਬ ਲਵਾ ਦਿਉ ਮੈਂ ਤਾਂ ਮੁੰਡੇ ਦਾ ਡਾਟਾ ਪੜ੍ਹਿਆ ਮੈਂ ਚੇਅਰਮੈਨ ਸੀ ਮੈਂ ਤੋਂ ਮੈਂ ਪੜ੍ਹਿਆ ਮੈਂ ਕਿਹਾ ਯਾਰ ਮੁੰਡੇ ਕੁਆਲੀਫਿਕੇਸ਼ਨ ਬਹੁਤ ਵਧੀਆ ਮੈਂ ਉਹਦੀ ਮਦਰ ਨੂੰ ਕਿਹਾ ਉਹ ਵਿਡੋ ਵਿਚਾਰ ਸਾਡੇ ਗਵਾਂਢ 'ਤੇ ਨੇ ਮੈਂ ਕਿਹਾ ਭੈਣ ਜੀ ਤੁਸੀਂ ਇਹਨੂੰ ਪੋਸਟਾਂ ਨਿਕਲੀਆਂ ਅਪਲਾਈ ਕਰਾ ਦਿਉ ਮੈਨੂੰ ਹੁਣ ਟਾਸ ਕਰਕੇ ਸਾਡੇ ਕੋਲ ਤਾਂ ਪੈਸੇ ਨਹੀਂ ਹੈਗੇ ਮੈਂ ਕਿਹਾ ਫਾਰਮ ਭਰਨ ਵਾਸਤੇ ਪੈਸੇ ਹੈਗੇ ਨੇ ਕਹਿੰਦੀ ਹੈਗੇ ਨੇ ਪੈਸੇ ਮੈਂ ਕਿਹਾ ਤੁਸੀਂ ਉਹਨੇ ਮੁੰਡੇ ਨੇ ਕਹਿੰਦਾ ਕਿਚ ਭਰਾ ਮੁੰਡਾ ਟੈਲੈਂਟ ਸੀ ਬਹੁਤ ਚੰਗਾ ਟੋਪਰ ਸੀ ਪਰ ਵਿਚਾਰੇ ਪਰਿਵਾਰ ਦੇ ਫਾਦਰ ਨਹੀਂ ਸੀਗੇ ਉਹਦੇ ਮੈਂ ਤੁਹਾਨੂੰ ਇੱਕ ਇਸੇ ਗੱਲ ਦੇ ਐਗਜ਼ਾਮਪਲ ਦੇ ਰਿਹਾ ਬਿਲਕੁਲ ਉਹ ਮੁੰਡੇ ਦੇ ਫਾਰਮ ਭਰਤੇ ਉਹਨੇ ਉਹਦੀ ਮਦਰ ਮੇਰੇ ਕੋਲ ਉਹਦੇ ਬਾਇਓਟੋ ਦੇ ਗਈ ਆ ਕੇ ਐਸ ਐਸ ਬੋਰਡ ਨੇ ਇੰਸਪੈਕਟਰ ਦੀ ਫੂਡ ਸਟੋਰ ਦੀ ਪੋਸਟਾਂ ਕੱਢੀਆਂ ਸੀਗੀਆਂ ਅਤੇ ਉਹਦੀ ਮਦਰ ਮੈਨੂੰ ਕਹੇ ਮੈਂ ਕਹਿੰਦੀ ਵੀਰ ਜੀ ਮੇਰਾ ਕੰਮ ਕਰਾ ਕੇ ਦਿਉ ਜਿਹੜਾ ਕੋਈ ਪੈਸਾ ਤਾਂ ਹੈ ਨਹੀਂ ਮੈਂ ਕਿਹਾ ਬੀਬੀ ਜੀ ਤੁਸੀਂ ਭਰ ਦਿਉ ਪੈਸੇ ਦੀ ਕੋਈ ਦਿੱਕਤ ਨਹੀਂ ਔਨ ਮੈਰਿਟ ਸਿਲੈਕਸ਼ਨ ਹੋਣੀ ਹੈ ਉਹ ਪਰਿਵਾਰ ਦਾ ਮੁੰਡਾ ਐਫ ਸੀ 'ਚ ਇੰਸਪੈਕਟਰ ਭਰਤੀ ਹੋ ਗਿਆ ਬਸ ਮੇਰੀ ਮਦਰ ਪਤਾ ਕੀ ਕਰ ਸਕਿਆ ਉਹਦੀ ਬਦਲੀ ਹੋ ਗਈ ਸੀ ਉਹਦੀ ਔਰਡਰ ਹੋ ਗਏ ਮੋਗੇ ਦੇ ਸਿਰਫ ਮੋਗੇ ਤੋਂ ਸਨੌਰ ਪਟਿਆਲੇ ਔਰਡਰ ਕਰਾਏ ਨੇ ਉਹਦੇ ਉਹ ਪਰਿਵਾਰ ਮੇਰਾ ਸਾਣ ਵੀ ਨਹੀਂ ਆਉਂਦਾ ਮੈਂ ਦੱਸਿਆ ਮੈਂ ਕਿਹਾ ਮੇਰਾ ਕੋਈ ਸਾਣ ਨਹੀਂ ਤਾਂ ਅਸੀਂ ਔਨ ਮੈਰਿਟ ਤੋਂ ਮੁੰਡਾ ਸਿਲੈਕਟ ਹੋਇਆ ਮਤਲਬ ਇੱਕ ਇਹ ਵੀ ਫਿਰ ਵੀ ਜਿਹੜੇ ਹੈਗੇ ਆ ਜਿਹੜੇ ਪੜ੍ਹੇ ਲਿਖੇ ਆ ਸ਼ਾਇਦ ਕੁਛ ਇਹੋ ਜਿਹਾ ਸਿਸਟਮ ਮਕੈਨਿਜ਼ਮ ਬਣਾਉਣਾ ਉਹ ਵੀ ਉਹਨਾਂ ਤੱਕ ਪਹੁੰਚ ਗਏ ਨਹੀਂ ਨਹੀਂ ਦੇਖੋ ਦੇਖੋ ਗੱਲ ਇਹ ਆ ਤੁਹਾਨੂੰ ਮੈਂ ਨਹੀਂ ਕਹਿੰਦਾ ਵੀ ਬਾਹਰ ਜਾਣ ਬਿਲਕੁਲ ਜਾਣ ਲੋਕਾਂ ਦਾ ਉਹਦੇ ਚੰਗੇ ਚੰਗੇ ਪਰਿਵਾਰ ਜਾ ਰਹੇ ਨੇ ਹੁਣ ਬੜੇ ਲੋਕਾਂ ਦਾ ਉਰੇ ਬੜਾ ਕੁਛ ਤਾਂ ਉਰੇ ਰਹਿੰਦੇ ਆ ਮੇਰੇ ਤਾਂ ਬਾਹਰ ਕਨੇਡਾ ਮੈਂ ਤੇ ਮੇਰੀ ਵਾਈਫ ਜਾ ਕੇ ਆਇਆ ਕਨੇਡਾ ਹੁਣ ਅਮੈਰੀਕਾ ਮੈਂ ਇਕੱਲਾ ਕਈ ਵਾਰ ਜਾ ਕੇ ਆਇਆ ਤਾਂ 20 ਦਿਨ ਬਾਅਦ ਬੋਰ ਹੋ ਗਏ ਉੱਥੇ ਮੇਰੇ ਸਿਸਟਰ ਮੇਰੇ ਉੱਥੇ ਆ ਮੇਰੇ ਸਾਰਾ ਦੋਸਤ ਸਰਕਲ ਬਾਈ ਜੀ ਲੱਗਦਾ ਉੱਥੇ ਆਪਣਾ ਹਰ ਇੱਕ ਬੰਦੇ ਮਸ਼ੀਨ ਬਣੇ ਆ ਜਿਹਦੇ ਕੋਲ ਜਾਂਦੇ ਸੀ ਉਹ ਤਾਂ ਕੰਮ ਛਡਾਉਂਦੇ ਜਾ ਕੇ ਅਸੀਂ ਅਸੀਂ 20-25 ਦਿਨ ਬਾਅਦ ਅਸੀਂ ਵਾਪਸ ਆ ਗਏ ਅਗਲਾ ਨਾ ਕੁਛ ਕਹਿਣ ਜੋਗਾ ਨਹੀਂ ਨਹੀਂ ਕਹਿਣ ਨਹੀਂ ਜੀ ਮਤਲਬ ਉੱਥੇ ਕਲਚਰ ਆਪਣਾ ਬੜਾ ਫਰਕ ਕਲਚਰ ਆ ਇਸ ਕਰਕੇ ਮੈਂ ਸਮਝਦਾ ਕਿ ਤੁਹਾਨੂੰ ਇੱਥੇ ਵੀ ਕਰਨਾ ਹੁਣ ਜਿਵੇਂ 3 ਲੱਖ ਹੋ ਗਿਆ ਸਕਿੱਲ ਡਿਵੈਲਪਮੈਂਟ ਲਈ ਜਿਵੇਂ ਹੁਣ ਨਵੀਂ ਪ੍ਰਪੋਜ਼ ਸਰਕਾਰ ਨੇ ਕਰ ਰਹੀ ਆ ਪਾਰਟੀ ਵੀ 25,000 ਬੱਚਾ ਹਰ ਇੱਕ ਲੁਧਿਆਣੇ ਯੂਨੀਵਰਸਿਟੀ ਬਣ ਰਹੀ ਆ ਸਰਕਾਰ ਨੇ ਪੜ੍ਹਾਉਣੇ ਨੇ ਬੱਚੇ ਸਕਿੱਲ ਡਿਵੈਲਪਮੈਂਟ ਵਾਸਤੇ ਸਰਟੀਫਿਕੇਟ ਦੇਣੇ ਉਹਨੂੰ ਚਾਹੇ ਲੋਨ ਦਾ ਸਹੂਲਤ ਦੇ ਕੇ ਹੋਰ ਕੰਮ ਕਰ ਮਤਲਬ ਬੰਦੇ ਨੂੰ ਉਹਦੇ ਕਿਸਮਤ ਜ਼ਰੂਰ ਅਜਮਾਉਣੀ ਚਾਹੀਦੀ ਇੱਕ ਵਾਰ ਬਿਲਕੁਲ ਦੇਖੋ ਮੰਡੀ ਗੋਬਿੰਦਗੜ੍ਹ ਆ ਸਾਡੀ ਇੰਡਸਟਰੀ ਆ ਸਾਰੀ ਲੇਬਰ ਬਾਹਰਦੀ ਆ ਸਾਡਾ ਬੰਦਾ ਕੰਮ ਹੀ ਨਹੀਂ ਕਰਕੇ ਹਾਂ ਪਰ ਆ ਤਾਂ ਮੈਂ ਸਵਾਲ ਹੀ ਸਹੀ ਆ ਤੁਹਾਡੇ ਤਾਂ ਇੱਥੇ ਸਾਰੀ ਉਹੀ ਸਾਰੀ ਇੰਡਸਟਰੀ ਆ ਜੀ ਹੁਣ ਸਰਕਾਰ ਨੇ ਨਵੀਂ ਪ੍ਰਪੋਜ਼ਲ ਰੱਖੀ ਆ ਉਹਨੇ ਸਾਡੇ ਚੋਣ ਮੈਨੀਫੈਸਟੋ ਦੇ ਵਿੱਚ ਆ ਵੀ ਜਿਹੜੀ ਇੰਡਸਟਰੀ ਨਵੀਂ ਪੰਜਾਬ 'ਚ ਲੱਗੂਗੀ ਉਹਦੇ ਵਿੱਚ ਕੋਈ ਇੰਜੀਨੀਅਰ ਨੇ ਕੋਈ ਪਲੰਬਰ ਨੇ ਕੋਈ ਵੱਡੇ ਉਹ ਨੇ ਜਾਂ ਕੋਈ ਲੇਬਰ ਦਾ ਕੰਮ ਕਰਦਾ ਉਹ 'ਚ 50-70% ਪੰਜਾਬ ਦੀ ਲੋਕਲ ਲੇਬਰ ਹੋਊਗੀ ਉਹਦੇ ਵਿੱਚ ਤਾਂ ਉਹਨੂੰ ਐਨ ਓ ਸੀ ਜਾਰੀ ਕਰਾਂਗੇ ਹਰਿਆਣੇ ਨੇ ਵੀ ਕਰੇ ਹਾਂ ਕਰ ਤਾਂ ਪੰਜਾਬ ਵਿੱਚ ਕਰ ਰਹੇ ਹਾਂ ਆਪਾਂ ਹੁਣ ਹਾਂਜੀ ਕਰ ਫਿਰ ਬੱਚਿਆਂ ਦੀ ਹਾਇਰ ਐਜੂਕੇਸ਼ਨ ਵਾਸਤੇ 10 ਲੱਖ ਦਾ ਲੋਨ ਬਿਨਾਂ ਵਿਆਜ ਤੋਂ ਦੇ ਰਹੀ ਹਾਂ ਸਮਾਰਟ ਕਾਰਡ ਬਣ ਰਿਹਾ ਬੱਚੇ ਨੂੰ ਚਾਹੇ ਬੱਚੇ ਨੇ ਉਰੇ ਪੜ੍ਹਨਾ ਹੋਵੇ ਚਾਹੇ ਬਾਹਰ ਪੜ੍ਹਨਾ ਕੋਈ ਸਕਿੱਲ ਡਿਵੈਲਪਮੈਂਟ ਕਰਨਾ ਕੋਈ ਵੀ ਹਾਇਰ ਐਜੂਕੇਸ਼ਨ ਕਰਨੀ ਆ ਤਾਂ 10 ਲੱਖ ਦਾ ਲੋਨ ਬੱਚੇ ਨੂੰ ਮਿਲਣਾ ਅਤੇ ਬੱਚਾ ਨੌਕਰੀ ਲੱਗੂ ਜਾਂ ਬਿਜ਼ਨਸ ਕਰੂਗਾ 15 ਸਾਲ ਤੋਂ ਮੋੜਨਾ ਉਹਨੇ ਬਿਨਾਂ ਵਿਆਜ ਤੋਂ ਸਹੀ ਅਤੇ ਮੈਂ ਸਮਝਦਾ ਦੇਖੋ ਬਾਹਰ ਜਾਣਾ ਚਾਹੀਦਾ ਬੱਚਿਆਂ ਨੂੰ ਪਰ ਇੱਥੇ ਆਪਣੀ ਕਿਸਮਤ ਜਮਾਉਣੀ ਚਾਹੀਦੀ ਹੈ ਨਹੀਂ ਤੂੰ ਪਲੱਸ 2 ਕਰਕੇ ਬੱਚਾ ਬਾਹਰ ਜਾ ਰਿਹਾ ਉਹ ਕਮ ਸੇ ਬੀਏ ਕਰਕੇ ਕੰਪੀਟੀਸ਼ਨ ਤਿਆਰੀ ਕਰੇ ਹੁਣ ਕਿੰਨੇ ਦੇਖੋ ਬਿਹਾਰ ਯੂਪੀ ਦੇ ਵਿੱਚੋਂ ਜਿਹੜੇ ਬੰਦਿਆਂ ਨੂੰ ਕੋਲੇ ਜਾਂ ਆਮ ਦੂਜੀ ਸਟੇਟਾਂ ਲਾ ਲਓ ਆਪਣੀ ਸਟੇਟਾਂ 'ਚ ਵੀ ਲਾ ਕੇ ਚੱਲੋ IAS ਵੀ ਨਿਕਲ ਰਹੇ ਨੇ IPS ਵੀ ਨਿਕਲ ਰਹੇ ਨੇ ਚੰਗੇ ਪੋਲੀਟੀਸ਼ੀਅਨ ਨਿਕਲ ਰਹੇ ਨੇ ਚੰਗੇ ਬਿਜ਼ਨਸਮੈਨ ਨਿਕਲ ਰਹੇ ਨੇ ਇਹ ਤਾਂ ਮੈਨੂੰ ਸਮਝ ਨਹੀਂ ਆਉਂਦਾ ਉੱਥੇ ਤਾਂ ਐਜੂਕੇਸ਼ਨ ਸਿਸਟਮ ਵੀ ਬਿਹਾਰ ਦਾ ਤਾਂ ਬਹੁਤ ਮਾੜਾ ਹੈ ਹਨਾ
ਵੀ ਐਵੇਂ ਵੀ ਨਹੀਂ ਵੀ ਆਪਣੇ ਨੂੰ ਚੰਗਾ ਪੰਜਾਬ ਨੂੰ ਆਪਣੇ ਨਾਲ ਬਹੁਤ ਮਾੜਾ ਜੀ ਆਪਣਾ ਬਹੁਤ ਚੰਗਾ ਆਪਣੇ ਬੱਚੇ ਜਿੰਨੇ ਇੰਟੈਲੀਜੈਂਟ ਆਪਣੇ ਬੱਚੇ ਨੇ ਤੇ ਬਾਹਰ ਦੇ ਬੱਚਿਆਂ ਨੂੰ ਕੰਪੈਰੀਜ਼ਨ ਕਰਕੇ ਦੇਖਿਓ ਆਪਣੇ ਬੱਚੇ ਦੇ ਕੰਨ ਕੁਤਰਦੇ ਇੰਨੇ ਚੁਸਤ ਆਪਣੇ ਦੇਖੋ ਸਾਰੇ ਆਪਣੇ ਬੱਚੇ ਪੂਰੇ ਚੁਸਤ ਆ ਬਾਹਰ ਨੂੰ ਜਿਹੜੇ ਤੁਸੀਂ ਗੋਰੇ ਜਾਂ ਆਪਣੇ ਬੱਚੇ ਦੇਖ ਲਓ ਉਹਨੂੰ ਦੂਜੇ ਸ਼ਹਿਰ ਬਾਰੇ ਪਤਾ ਨਹੀਂ ਹੁੰਦਾ ਆਪਣੇ ਜਵਾਕ ਨੂੰ ਸਾਰੀ ਦੁਨੀਆ ਬਾਰੇ ਪਤਾ ਹੁੰਦਾ ਆਪਣੇ ਲੋਕ ਸਮਾਰਟ ਨੇ अच्छा बहुत बहुत शुक्रिया मैनू पता कीमती समय चो समा कढ़िया थैंक यू बहुत बहुत धन्यवाद ते बाकी असी भी बठिंडे आना सड़क थोड़ी टुटी हुई है टुटी है जिहड़ी पंजाब जिहड़ा हाईवे बहुत चंगा बंबला नहीं देखो देखो तुसीं आ जांदे हो चलो उस टाइम लोग मजाक मानते सी पर जिहड़ी जिद्दां भी पंजाब दा फोर लेन सिक्स लेन सड़कां बणियां ने बंबली ने वो वधिया सारियां चलो बहुत जुड़े हुए अखर के नाल असियां होर बहुत सारियां वीडियोज़ लैके आउंदे रहांगे जुड़े रहो।